एक दुश्मन दा एक यार दा। बुक बुक रोए तू एडा पगलदा, पता हुंदा कदे ना प्यार करदा, कदे ना प्यार करदा, पता हुंदा कदे ना प्यार करदा, कदे ना प्यार करदा, पता हुंदा कदे ना प्यार करदा, कदे ना पत्थरों च किते वे तू कॉल ते करा, शीशे जी उमर साडा ने पिया ना प्यार, साडा ने पिया ना प्यार, चुक दिंदा समा किते, चुक दिंदा समा किते, तू परदा दिल तेरे ते ना एतबार करदा, ना कदे प्यार करदा, मेरा दिल तेरे ते ना एतबार करदा, ना कदे प्यार करदा, मेरा दिल तेरे ते ना एतबार करदा, ना कदे प्यार करदा। कदे ना प्यार करदा, कदे ना प्यार करदा, मेरा दिल तेरे ते ना एतबार करदा, ना कदे प्यार करदा, हाय पता हुंदा कदे ना प्यार करदा, कदे ना प्यार करदा, मेरा दिल तेरे ते ना एतबार करदा, ना कदे प्यार करदा। ਅਸੀਂ ਕਿੱਥੇ ਸੀ? ਹਾਂ 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 ਸ਼ਾਹ ਜੀ, ਹਾਂਜੀ ਸ਼ਾਹ ਜੀ ਬੋਲੋ, ਕੁਛ ਤਾਂ ਬੋਲੋ ਸ਼ਾਹ ਜੀ, ਕੁਛ ਤਾਂ ਬੋਲੋ। ਇੰਨੇ ਕੀ ਬੋਲਣਾ ਜੱਜ ਸਾਹਿਬ, ਘਰਾਣੇ ਮਾਰ ਮਾਰ ਮੇਰਾ ਜੀਣਾ ਹਰਾਮ ਕੀਤਾ ਪਿਆ। ਹੁਣ ਤਾਂ ਮੈਨੂੰ ਇਹ ਨੀ ਪਤਾ ਕਿ ਚੈਨ ਦੀ ਨੀਂਦਰ ਮੈਂ ਕਦੋਂ ਸੁੱਤੀ ਸੀ। ਕੰਨਾਂ ਚ ਰੂਪ ਆਇਆ, ਪੱਟੀਆਂ ਬੰਨੀਆਂ, ਸਭ ਫੇਲ ਹੋ ਗਿਆ। ਇੰਨੀ ਉੱਚੀ ਆਵਾਜ਼ ਆਉਂਦੀ ਜੱਜ ਸਾਹਿਬ, ਮੇਰੇ ਘਰ ਚ ਤਾਂ ਡੰਗਰ ਵੀ ਸੌ ਨਹੀਂ ਪਾਉਂਦੇ। ਹਰ ਹੱਦ ਪਾਰ ਹੋ ਗਈ, ਮੇਰਾ ਇਸ ਤੋਂ ਪਿੱਛਾ ਛੁੜਾਓ ਜੱਜ ਸਾਹਿਬ। ਤੁਹਾਡੀ ਵੀ ਕੋਈ ਪ੍ਰੋਬਲਮ ਸੀ? ਹੁਣ ਬੋਲ, ਬੋਲਦਾ ਕਿਉਂ ਨਹੀਂ? ਤੂੰ ਬੋਲਣ ਜੋਗਾ ਛੱਡਿਆ ਹੀ ਨਹੀਂ ਮੋਟੋ, ਤੇਰੀਆਂ ਕਰਤੂਤਾਂ ਕਰਕੇ ਕਚਹਿਰੀਆਂ ਜਾ ਗਏ। ਜੱਜ ਸਾਹਿਬ, ਮੇਰੀ ਪ੍ਰੋਬਲਮ ਇਹਦੀ ਪ੍ਰੋਬਲਮ ਨਾਲੋਂ ਜ਼ਿਆਦਾ ਵੱਡੀ ਆ। ਮੈਂ ਤੁਹਾਨੂੰ ਦੱਸਦਾ ਜੱਜ ਸਾਹਿਬ, ਇਹ ਸਾਰੀ ਸਾਰੀ ਰਾਤ ਗੈਸ ਛੱਡਦੀ ਆ ਜੱਜ ਸਾਹਿਬ। ਮੈਂ ਹਜ਼ਾਰਾਂ ਦੇ ਇੱਧਰ ਬੈਡ ਤੇ ਛਿੜਕਾਉਂਦਾ, ਤੇ ਇਹਦੀ ਟਕੇ ਦੀ ਛੱਡੀ ਗੈਸ ਮੇਰੇ ਹਜ਼ਾਰਾਂ ਦੇ ਛਿੜਕਾਏ ਇੱਧਰਾਂ ਤੇ ਭਾਂਡੀ ਪੈ ਜਾਂਦੀ ਆ। ਮੈਂ ਕਿਹਾ ਜੱਜ ਸਾਹਿਬ, ਮੇਰੀ ਬੇਨਤੀ ਆ, ਜੇ ਇਹਨੇ ਗੈਸ ਹੀ ਛੱਡਣੀ ਆ ਤੇ ਐਲ ਪੀ ਜੀ ਛੱਡੇ, ਬੰਦਾ ਦੋ ਚਾਰ ਸਿਲੰਡਰ ਹੀ ਭਰਾ ਲੈਂਦਾ। ਜੱਜ ਸਾਹਿਬ, ਆਰਡਰ 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 ਆਰਡਰ। ਜੱਜ ਸਾਹਿਬ, ਮੈਂ ਤੁਹਾਨੂੰ ਕੀ ਦੱਸਾਂ, ਮੈਂ ਤਾਂ ਸੁੱਤੇ ਨੂੰ ਏਦਾਂ ਫੀਲ ਹੋਣ ਡਿਆ ਹੁੰਦਾ ਜਿਵੇਂ ਮੈਂ ਘਰ ਚ ਨਹੀਂ ਸੁੱਤਾ, ਕਿਸੇ ਗੱਡੀ ਚ ਸੁੱਤਾ ਪਿਆ ਹੁੰਦਾ। ਜੱਜ ਸਾਹਿਬ, ਹੁਣ ਮੇਰੀ ਇੱਕ ਗੱਲ ਹੋਰ ਸੁਣਿਓ, ਹੁਣ ਤੁਸੀਂ ਇਹ ਦੇਖੋ
ਜਦੋਂ ਇਹ ਕੇਸ ਛੱਡਦੀ ਆ ਮੇਰੀ ਪਟਾਕੇ ਦੇ ਨਾਲ ਖੁੱਲ ਜਾਂਦੀ ਆ। ਹੁਣ ਤੁਸੀਂ ਦੱਸੋ ਜੱਜ ਸਾਹਿਬ ਕੇਸ ਕਲੇਰੀ ਦਾ ਦੁੱਖ ਵੱਡਾ ਕਿ ਮੇਰਾ ਵੱਡਾ। ਮੈਂ ਤੈਨੂੰ ਸ਼ਰਮ ਨਹੀਂ ਆਉਂਦੀ? ਤੂੰ ਆਪ ਹੀ ਜਨਾਨੀ ਨੂੰ ਐ ਬੋਲਦਾ, ਤੇਰੇ ਕਰਕੇ ਮੈਨੂੰ ਕਚਹਿਰੀ ਚ ਖੜਨਾ ਪੈਂਦਾ। ਤੇਰੇ ਕਰਕੇ ਆਇਆ ਮੋਟੋ, ਤੇਰੇ ਕਰਕੇ ਤੈਨੂੰ ਮੈਂ ਦੱਸਾਂ। ਚੁੱਪ ਕਰ, ਤੈਨੂੰ ਮੈਂ ਦੱਸੂ ਚੰਗੀ ਤਰ੍ਹਾਂ। ਮੂੰਹ ਬੰਦ ਜੱਜ ਸਾਹਿਬ, ਗੈਸ ਮੇਰੇ ਹੱਥ ਚ ਥੋੜੀ ਐ, ਨਿਕਲ ਗਈ ਤਾਂ ਨਿਕਲ ਗਈ। ਤੇ ਮੋਟੋ ਘਰਾੜੇ ਮੇਰੇ ਹੱਥ ਚ, ਜੱਜ ਸਾਹਿਬ ਆਂਟਰਲ ਫੇਫੜੇ ਤਾਂ ਨਹੀਂ ਸਾੜਦੇ? ਕੀ ਮਜ਼ਾਕ ਬਣਾਇਆ ਹੋਇਆ ਤੁਸੀਂ? ਇੰਨੀਆਂ ਛੋਟੀਆਂ ਛੋਟੀਆਂ ਗੱਲਾਂ ਵਾਸਤੇ ਤੁਸੀਂ ਕੋਰਟ ਚ ਆ ਗਏ? ਉਹ ਕੁਝ ਬਰਦਾਸ਼ਤ ਕਰਨਾ ਵੀ ਸਿੱਖੋ। ਸ਼ਾਜੇ, ਮੇਰੇ ਕੋਲ ਇੱਕ ਸੋਲੂਸ਼ਨ ਹੈ। ਤੁਸੀਂ ਆਪਣੇ ਨੱਕ ਤੇ ਪੱਟੀ ਬੰਨ ਲਓ, ਖਰਾੜਿਆਂ ਦੀ ਆਵਾਜ਼ ਬੰਦ ਹੋ ਜਾਏਗੀ। ਕੈਮਿਸਟ ਕੋ ਆਰਡਰ 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 ਬਸ ਹੋ ਗਿਆ। ਘੱਟੋ ਘੱਟ ਆਪਣੀ ਉਮਰ ਦਾ ਤਾਂ ਲਿਹਾਜ਼ ਕਰੋ, ਕਿਉਂ ਨਿਆਣਿਆਂ ਤੋਂ ਲੜੀ ਜਾਂਦੇ। ਮੈਂ ਤਰਕੀਬ ਦੱਸ ਦਿੱਤੀ ਹੈ ਤੁਹਾਨੂੰ, ਹੋਰ ਕੋਈ ਗੱਲ ਨਹੀਂ ਸੁਣਨੀ ਮੈਂ ਤੁਹਾਡੀ ਦੋਨਾਂ ਦੀ। ਅਗਲੀ ਤਰੀਕ ਤੇ ਦੇਖਾਂਗੇ ਕਿ ਕੋਈ ਹੱਲ ਨਿਕਲਿਆ ਕਿ ਨਹੀਂ। ਤੁਹਾਡੀ ਅਗਲੀ ਤਰੀਕ ਅਗਲੇ ਮਹੀਨੇ ਦੀ 16 ਨੂੰ ਪਈ ਹੈ, ਠੀਕ ਹੈ? ਨੈਕਸਟ ਕੇਸ, ਗੁੰਜਨ ਕੌਰ ਵਰਸਿਸ ਰਣਬੀਰ ਸਿੰਘ। ਜੱਜ ਸਾਹਿਬ, ਮੈਂ ਭਗਵਾਨ ਸਿੰਘ ਤੇ ਇਹ ਨੇ ਮੇਰੇ ਕਲਾਇੰਟ ਮਿਸਟਰ ਰਣਬੀਰ ਸਿੰਘ। ਸਰ, ਮੈਂ ਈਸ਼ਵਰ ਜੀ ਤੇ ਮੈਂ ਗੁੰਜਨ ਕੌਰ ਹੋਰਾਂ ਦਾ ਕੇਸ ਦੇਖ ਰਿਹਾ। ਤੁਸੀਂ ਜ਼ਰਾ ਇੱਕ ਮਿੰਟ ਸੁਣੋ, ਤੁਹਾਡਾ ਨਵਾਂ ਕੇਸ ਹੈ, ਨਵੀਂ ਹੀਅਰਿੰਗ, 20 ਦਿਨਾਂ ਬਾਅਦ ਤੁਹਾਡੇ ਕੇਸ ਦੀ ਸੁਣਵਾਈ ਹੈਗੀ ਹੈ, ਠੀਕ ਹੈ? ਤਾਰੀਖ ਤੇ ਤਾਰੀਖ, ਤਾਰੀਖ ਤੇ ਤਾਰੀਖ, ਤਾਰੀਖ ਤੇ ਤਾਰੀਖ, ਤਾਰੀਖ ਤੇ ਤਾਰੀਖ, ਇਨਸਾਫ ਤਾਂ ਕਦੇ ਮਿਲਿਆ ਹੀ ਨਹੀਂ। ਮਿਲੀ ਤਾਂ ਬਸ ਤਾਰੀਖ। ਹੁਣ ਇਹਨੂੰ ਕੀ ਹੋ ਗਿਆ? ਸਾਰੇ ਦੇ ਕੋਲ ਧੱਕਾ ਹੁੰਦਾ ਦੇਖਿਆ ਨਹੀਂ ਜਾਂਦਾ ਜੀ, ਇਸ ਲਈ ਇਹਦੇ ਵਿੱਚ ਸਨੀ ਲਿਓਨ ਦੀ ਸਨੀ ਦਿਓਲ ਦੀ ਆਤਮਾ ਆ ਜਾਂਦੀ ਹੈ ਜੀ। ਪਰ ਇੱਥੇ ਕਿਹਦੇ ਨਾਲ ਧੱਕਾ ਹੋ ਰਿਹਾ? ਇਹਨਾਂ ਨਾਲ ਸਰ, ਜਿਨ੍ਹਾਂ ਨੂੰ ਤਾਰੀਖ ਤੇ ਤਾਰੀਖ ਮਿਲ ਰਹੀ ਹੈ। ਪਰ ਇਹ ਤਾਂ ਕੋਰਟ ਦਾ ਪ੍ਰਸ਼ਾਦ ਹੈ ਜੱਜ ਸਾਹਿਬ, ਫਿਰ ਇਹਨਾਂ ਪ੍ਰਸ਼ਾਦ ਬਣਾਉਣ ਦੀ ਕੀ ਲੋੜ ਹੈ ਜਿਹੜਾ ਹਰ ਤਰੀਕ ਤੇ ਬੇਹੀ ਬਣਨਾ ਪੈ ਜੇ। ਹੁਣ ਇਹਦੇ ਚ ਮੈਨੂੰ ਢਿੱਲੋਂ ਦੀ ਆਤਮਾ ਆ ਗਈ ਜੀ। ਨਹੀਂ ਨਹੀਂ, ਤਾਰੀਖ ਤੇ ਤਾਰੀਖ ਤਾਂ ਸੋਚ ਵਿਚਾਰ ਕਰਨ ਲਈ ਦਿੱਤੀ ਜਾਂਦੀ ਹੈ, ਤਾਂ ਕਿ ਹਲੇ ਵੀ ਵਕਤ ਹੈ, ਇੱਕ ਹੋ ਜਾਓ। ਅੱਡ ਤਾਂ ਕੋਰਟ ਨੇ ਕਰ ਹੀ ਦੇਣਾ ਹੈ। ਹਜ਼ੂਰ, ਮਾਫੀ ਚਾਹੂੰਗਾ, ਲੋਕ ਸੋਚ ਵਿਚਾਰ ਕੇ ਤੇ ਜਦੋਂ ਅੱਤ ਹੋ ਜਾਂਦੀ ਹੈ ਫੇਰ ਕੋਰਟ ਦਾ ਦਰਵਾਜ਼ਾ ਖੜਕਾਉਂਦੇ ਆ ਕੇ। ਹੁਣ ਇਹਦੇ ਚ ਕੌਣ ਪੜ ਗਿਆ? ਮਰਦਾਨਗੀ ਪੜ ਗਈ ਜੀ। ਮਤਲਬ ਪਹਿਲਾਂ ਇਹ ਜਨਾਨਾ ਸੀ? ਕਾਕਾ, ਇੱਥੇ ਕਾਮੇ ਵਕੀਲਾਂ ਦੀ ਤਰ੍ਹਾਂ ਕੰਮ ਕਰੋ, ਨਹੀਂ ਤਾਂ ਕੋਰਟ ਚੋਂ ਕੱਢੇ ਵਕੀਲਾਂ ਦੀ ਲਿਸਟ ਵਿੱਚ ਨਾਮ ਵਾੜ ਦਿਆਂਗਾ। ਜੱਜ ਸਾਹਿਬ, ਮੈਂ ਤਾਂ ਬਸ ਥੋੜਾ ਰੰਗ ਜਮਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਜੀ। ਬੱਲੇ ਬੱਲੇ ਬੱਲੇ, ਸ਼ਾਬਾਸ਼ੀ ਕਲਾਕਾਰ ਸਾਹਿਬ, ਅਖਾੜਾ ਲੱਗਿਆ ਤੇ ਦਰਸ਼ਕ ਬੈਠੇ ਹੈ ਨਾ? ਨਹੀਂ ਨਹੀਂ ਸਰ, ਉਹ ਗੱਲ ਏਦਾਂ ਵੀ ਮੈਂ ਕੋਰਟ ਦਾ ਵਾਤਾਵਰਨ ਸ਼ੁੱਧ ਕਰਨ ਦੀ ਕੋਸ਼ਿਸ਼ ਕਰ ਰਿਹਾ ਜੀ। ਵਾਹ, ਬਹੁਤ ਵਧੀਆ ਵਾਤਾਵਰਨ ਸ਼ੁੱਧ ਕੀਤਾ ਹੈ ਤੁਸੀਂ, ਪਰ ਜੇ ਦੁਬਾਰਾ ਏਦਾਂ ਦੀ ਕੋਸ਼ਿਸ਼ ਕੀਤੀ ਤਾਂ ਮੈਂ ਤੇਰੀ ਜ਼ਿੰਦਗੀ ਦੇ ਵਿੱਚ ਪ੍ਰਦੂਸ਼ਣ ਭਰ ਦਾਂਗਾ, ਸਮਝਿਆ? ਦੇਖ ਰਣਬੀਰ, ਮੇਰੀ ਤਾਂ ਤੈਨੂੰ ਇਹੀ ਸਲਾਹ ਹੈ ਕਿ ਤੂੰ ਤੇ ਤੇਰੀ ਪਤਨੀ ਆਪਸ ਵਿੱਚ ਸਮਝੌਤਾ ਕਰ ਲਓ। ਜ਼ਿਆਦਾਤਰ ਡਿਵੋਰਸ ਕੇਸਿਸ ਦੇ ਵਿੱਚ ਹੁੰਦਾ ਇਸੇ ਤਰ੍ਹਾਂ ਹੀ ਹੈ। ਇੱਧਰ ਤੂੰ ਮੇਰੇ ਕੋਲੇ ਪੈਸੇ ਲਟਾਈ ਜਾ ਰਿਹਾ, ਉੱਧਰ ਤੇਰੀ ਪਤਨੀ ਉਹਦੇ ਕੋਲੇ ਪੈਸੇ ਲਟਾਈ ਜਾ ਰਹੀ। ਥੱਕ ਹਾਰ ਕੇ ਕਰਨਾ ਤਾਂ ਸਮਝੌਤਾ ਹੀ ਪੈਣਾ, ਜਾਂ ਫਿਰ ਏਦਾਂ ਕਰ, ਥੋੜੇ ਜਿਹੇ ਪੈਸੇ ਹੋਰ ਲਾ, ਆਪਣੇ ਗਲ ਚੋਂ ਰੱਸੇ ਕਢਵਾ ਲੈ। ਗੱਲ ਪੈਸਿਆਂ ਦੀ ਨਹੀਂ ਭਾਜੀ, ਮੈਂ ਉਹਨੂੰ ਸਿੱਧਾ ਕਰਨਾ। ਉਹਦੀ ਹਿੰਮਤ ਕਿਵੇਂ ਹੋਈ ਮੇਰੇ ਤੇ ਕੇਸ ਕਰਨ ਦੀ? ਬਹੁਤ ਤੇਜ਼ ਬਣਦੀ ਹੈ ਨਾ ਉਹ, ਉਹਦੀ ਬੈਟ ਮੈਂ ਵਜਾਉਣੀ ਆ ਹੁਣ। ਤੁਸੀਂ ਮੈਨੂੰ ਦੱਸੋ ਕਰਨਾ ਕੀ ਹੈ? ਤੂੰ ਬਹੁਤ ਵੱਡੀ ਗਲਤੀ ਕਰ ਗਿਆ। ਮਤਲਬ? ਮਤਲਬ ਤੈਨੂੰ ਘਰ ਦੇ ਵਿੱਚ ਰਹਿ ਕੇ ਉਦੋਂ ਬੈਂਡ ਵਜਾ ਦੇਣਾ ਚਾਹੀਦਾ ਸੀ।
तू घर क्यों छड्या? पर मैं तो भाई सत्ते नु घर छड्डे नु, मैं घर वापस कैसे जाऊंगा? देख रणबीर, जिन्ना चिर तेरे डिवोर्स का कोई फैसला नहीं आ जाता उन्ना चिर तेन कोई भी तेरे घरों आने जाने तो नहीं रोक सकता। बस हुण एक काम कर, जाके अपने घरे अपने घर वाले दी खुशियां नु अग ला दे। मैं डर गया। जेरा बम सुट मार दूगा बलिए, तेरा बापू वाला देखता नहीं। जेरा चौक विच खड़े नहीं चकलू, तेरा भाई करेता नहीं। यार तेरा गली विच जेड़ा लगा रहूंगा, थोक दूंगा सला जड़ा तीन पंज कहूगा, जेड़ी मार 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 जेड़ी मार मार लाशा पादू बलिए, तेरी बेबिया कुछ जेंदा नहीं। मेरे दोस्त ने, साड़ी पार्टी चल रही है, प्लीज लीव। मेरे दुश्मन ने, मेरा डिवोर्स केस चल रहा है, प्लीज लीव। तुसी रुको, रणबीर तू जा। मैं नहीं कहते जाता, इन्हें संगतान कह जगराता खत्म हो गया, वधो हुण। कोई नहीं जाएगा, तू जा। ये मेरा घर सो मेरी मर्जी चल, तुसी जानते हो पंजाबी समझावा। तू किसे भी हाल च नहीं जीतेगा मैथों। हुण तक जित हार दी गेम होगी रहूगी। कोई नहीं जाएगा, तेरी इस हरकत तो मैं नहीं डरन वाली। मिस हो गया? चल कोई नहीं, वैसे भी प्यास लगी सी, पानी पी लूंगा। गुंजन जी, गुंजन जी, ए की कीता तुसी? कोर्ट दे विच डिवोर्स दा केस चल रहा है, डिवोर्स दा, ते तुसी? तुसी कुड़ियां इन्नी खतरनाक ते भयानक गल्लां कित्थों कढ लैंदी है तुसी? आई एम सॉरी, मेरे दोस्तां दे सामने मेरी गल च मेरे ने बेइज्जती कीती, मैं आपे तो बाहर हो गई। मैडम जे ज्यादा आपे तो बाहर होवोगे ना तो टाइम नहीं लगना, बहुत जल्दी घर तो बाहर हो जाओगे।
ਤੁਹਾਨੂੰ ਪਤਾ ਤੁਹਾਡੇ ਪਤੀ ਦੇਵ ਨੇ ਤੁਹਾਡੇ ਹਸਬੈਂਡ ਨੇ ਤੁਹਾਡੇ ਖਿਲਾਫ ਕੰਪਲੇਂਟ ਨਹੀਂ ਕੀਤੀ। ਉਹਨੇ ਬਿਆਨ ਦਿੱਤਾ ਹੈ ਕਿ ਇੱਕ ਐਕਸੀਡੈਂਟ ਸੀ, ਹਾਦਸਾ ਸੀ। ਇਹਦਾ ਮਤਲਬ ਸਮਝੋ ਕੀ ਹੈ, ਕੀ ਮਤਲਬ ਹੋਇਆ ਇਹਦਾ? ਮਤਲਬ ਹੈ ਕਿ ਉਹ ਕਰਮਿਟ ਦਾ ਜਵਾਬ ਤਪਦੇ ਹੋਏ ਪੱਥਰ ਦੇ ਨਾਲ ਦਊਗਾ। ਹੁਣ ਕੀ ਕਰੀਏ? ਅਰੇ ਸੋਰੀ ਸੋਰੀ, ਕੋਈ ਨਾ ਕੋਈ ਨਾ, ਆ ਜਾ ਗੁੰਜਨ ਜੀ, ਮਾਈ ਫਰੈਂਡ ਦਲੇਰ, ਅਰਬਾਪਤੀ ਦੋਸਤ ਹੈ ਮੇਰਾ। ਇਹ ਬਿਜ਼ਨਸ ਦੇ ਵਿੱਚ ਚਲਾ ਗਿਆ, ਵੱਡਾ ਬੰਦਾ ਬਣ ਗਿਆ, ਪੈਸਾ ਕਮਾ ਲਿਆ, ਵੱਡੇ ਬੰਦਿਆਂ ਨਾਲ ਹੀ ਬੈਠਣਾ ਉੱਠਣਾ, ਤਾਂ ਵੱਡੇ ਬੰਦਿਆਂ ਨੇ ਮਿਲਦਾ ਸਿਰਫ। ਪਰ ਅਸੀਂ ਡੇਲੀ ਲੰਚ ਇਕੱਠੇ ਕਰਦੇ ਹਾਂ, ਅੱਜ ਸਾਨੂੰ ਜੁਆਇਨ ਕਰੋ ਤੁਸੀਂ ਲੰਚ ਤੇ? ਪਲੀਜ਼ ਜੁਆਇਨ ਅਸ। ਨਹੀਂ ਨਹੀਂ, ਥੈਂਕਸ, ਮੈਂ ਚਲਦੀ ਹਾਂ, ਤੁਸੀਂ ਬਸ ਹੁਣ ਕੇਸ ਸੰਭਾਲ ਲਵੋ, ਕਿਤੇ ਹੋਰ ਨਾ ਵਿਗੜ ਜਾਏ। ਨੋ ਨੋ ਨੋ, ਨੋ ਵਰੀਜ਼, ਨੋ ਵਰੀਜ਼, ਟੈਂਸ਼ਨ ਲੈਣੀ ਨੀ ਤੁਸੀਂ, ਕੋਰਟ ਦੇ ਵਿੱਚ ਉਹਨੂੰ ਮੈਂ ਸੰਭਾਲ ਲਵਾਂਗਾ, ਪਰ ਘਰ ਦੇ ਵਿੱਚ ਤੁਸੀਂ ਉਹ ਤੋਂ ਸੰਭਲ ਕੇ ਰਹਿਣਾ, ਠੀਕ ਹੈ? ਖਿਆਲ ਰੱਖਣਾ ਤੁਸੀਂ, ਤੇ ਖਾਸ ਤੌਰ ਤੇ ਰਾਤ ਨੂੰ ਸੌਣ ਲੱਗੇ ਤੇ ਵਾਚਾ ਬੰਦ ਕਰਕੇ ਸੌਣਾ। ਓਕੇ, ਸਮਝ ਗਏ ਮੇਰੀ ਗੱਲ ਤੁਸੀਂ? ਠੀਕ ਹੈ, ਹੁਣ ਤੁਸੀਂ ਜਾ ਸਕਦੇ ਹੋ, ਬਾਏ। ਸੇਜ ਸੇਜ, ਸੋਹਣੀ ਹੈ ਯਾਰ, ਹੈ ਖਤਰਨਾਕ ਵੀ ਹੈ। ਵੈਰੀ ਇੰਟਰਸਟਿੰਗ, ਇੱਕਦਮ ਤੁਹਾਡੀ ਨਵੀਂ ਕਲਾਇੰਟ ਵਰਗਾ। ਗੁੰਜਨ ਦੀ ਲਵ ਮੈਰਿਜ ਹੈ, ਪਹਿਲਾਂ ਜਿਹੜੇ ਦਾ ਹਸਬੈਂਡ ਆ ਉਹਦੇ ਨਾਲ ਨਾ ਪਿਆਰ ਦਾ ਰਾਹ ਬਣਿਆ, ਦਿਲ ਤੋਂ ਦਿਲ ਦਾ ਰਸਤਾ, ਤੇ ਹੁਣ ਇੱਟ ਕੋਤੇ ਦਾ ਬੈਰ ਹੈ, ਕੱਲ ਹੀ ਆਪਣੇ ਘਰ ਵਾਲੇ ਨੂੰ ਚੋਪੜ ਕੇ ਹਟੀ ਹੈ। ਪਰ ਯਾਰ ਕੁੜੀ ਬੜੀ ਪਿਆਰੀ ਲੱਗੀ ਆ, ਪਿਆਰੀ ਨਿਆਰੀ, ਇਹੋ ਜਿਹੀ ਪਿਆਰੀ ਸੂਰਤ ਨਾਲ ਕਿਸੇ ਨੂੰ ਵੀ ਪਿਆਰ ਹੋ ਸਕਦਾ ਹੈ। ਬਟ ਵੈਰੀ ਡੇਂਜਰਸ, ਖਤਰਨਾਕ ਬਹੁਤ ਹੈ ਯਾਰ। ਸਟੋਰੀ ਬੜੀ ਮਜ਼ੇਦਾਰ ਹੈ ਯਾਰ, ਅੱਜ ਡਰਿੰਕ ਵਿੱਚ ਇਹਦਾ ਵੀ ਮਜ਼ਾ ਲਿਆ ਜਾਵੇ। ਮੈਨੂੰ ਇਹ ਦੱਸ, ਇਹ ਮਿਲੇ ਕਿੱਥੇ ਔਰ ਕਿੱਦਾਂ? ਇੰਨੇ ਇੰਟਰਸਟਿੰਗ ਤਰੀਕੇ ਨਾਲ ਮਿਲੇ ਕਿ ਜਦੋਂ ਪਹਿਲੀ ਵਾਰੀ ਦੋਨਾਂ ਦੀ ਮੁਲਾਕਾਤ ਹੋਈ ਤਾਂ ਤੂੰ ਮੈਂ ਲੜਾਈ ਝਗੜੇ ਦੇ ਵਿੱਚ। ਮੈਂ ਤੈਨੂੰ ਕਿੰਨੀ ਵਾਰ ਸਮਝਾ ਚੁੱਕਾ, ਮੇਰਾ ਕਿਸੇ ਨਾਲ ਕੋਈ ਅਫੇਅਰ ਨਹੀਂ ਹੈ, ਸਾਰੀ ਦੁਨੀਆ ਦੇ ਵਿੱਚ ਰੌਲਾ ਪਾ ਪਾ ਕੇ ਤੂੰ ਮੈਨੂੰ ਬਦਨਾਮ ਕਰ ਦਿੱਤਾ, ਆ ਸਾਰੇ ਫਸਾਦ ਦੀ ਜੜ ਆ ਤੇਰੇ ਚਮਚੇ ਦੋਸਤ ਨੇ। ਕੱਚੇ ਕੰਨਾਂ ਵਾਲੀ ਨਾ ਹੋਵੇ ਤਾਂ। ਓਏ ਓਏ, ਇਹ ਤਾਂ ਵਿਚਾਰੀ ਕੱਚੇ ਕੰਨਾਂ ਵਾਲੀ ਆ, ਪਰ ਤੂੰ ਤਾਂ ਕੱਚੇ ਕੈਰੇਕਟਰ ਵਾਲਾ ਹੈ। ਉਹ ਹੈਲੋ, ਪਾਗਲਾਂ ਦੇ ਮਹੱਲੇ ਦੀ ਪ੍ਰਧਾਨ, ਜ਼ੁਬਾਨ ਸੰਭਾਲ ਕੇ ਗੱਲ ਕਰੀ ਸਾਡੇ ਨਾਲ, ਬੜੀ ਹੀ ਕੈਰੇਕਟਰ ਦੱਸਣ ਵਾਲੀ। ਉਹ ਜੱਜ ਲੱਗੀ ਇੱਥੇ? ਜੱਜ ਹੁੰਦੀ ਤਾਂ ਏਦਾਂ ਦੇ ਸਾਰੇ ਡੰਗਰ ਕਾਲੇ ਪਾਣੀ ਚ ਹੁੰਦੇ। ਤੁਹਾਡੇ ਵਰਗੇ ਲੋਕਾਂ ਦਾ ਫੈਸਲਾ ਅਸੀਂ ਹੁਣੇ ਕਰ ਦਿਆਂਗੇ, ਦੋ ਛਿੱਤਰ ਪੈਣਗੇ ਤੇ ਸਾਰੀ ਚਰਬੀ ਨਿਕਲ ਜਾਣੀ ਹੈ। ਮੈਂ ਵੈਸੇ ਔਰਤਾਂ ਤੇ ਹੱਥ ਨਹੀਂ ਚੱਕਦਾ, ਪਰ ਤੇਰੇ ਵਰਗੇ ਡੰਗਰਾਂ ਲਈ ਕੋਈ ਲਿਹਾਜ਼ ਵੀ ਨਹੀਂ ਮੇਰੇ ਕੋਲੇ। ਬਹੁਤੀਆਂ ਛਾਲਾਂ ਨਾ ਮਾਰ, ਸਾਡੇ ਸ਼ਹਿਰ ਚ ਵੈਸੇ ਵੀ ਹਸਪੀਟਲ ਘੱਟ ਨੇ ਡੰਗਰਾਂ ਦੇ। ਵੀਰੇ ਛੱਡ ਯਾਰ, ਕਿਉਂ ਇਹਨਾਂ ਦੇ ਮੂੰਹ ਲੱਗਦਾ? ਇਹਨਾਂ ਨੇ ਤਾਂ ਆਪਣੇ ਖਾਨਦਾਨ ਵਰਗੇ ਦੋਸਤ ਲੱਭੇ ਨੇ ਸਾਰੇ। ਹਾਂ, ਇਹਨਾਂ ਨੂੰ ਤਾਂ ਦਾਜ ਵਿੱਚ ਰੱਸਾ ਦੇਣਾ ਚਾਹੀਦਾ ਸੀਗਾ। ਤੂੰ ਮੇਰੇ ਪਤੀ ਨੂੰ ਥੱਪੜ ਮਾਰਿਆ, ਤੇਰੀ ਹਿੰਮਤ ਕਿੱਦਾਂ ਹੋਈ? ਨਤਾਸ਼ਾ, ਮੈਂ ਤੈਨੂੰ ਸਪੋਰਟ ਕਰ ਰਹੀ ਹਾਂ, ਇਹ ਐਸੇ ਲਾਇਕ ਹੈ, ਮੈਂ ਇਹਦੀ ਪਤਨੀ ਆ, ਇਹ ਫੈਸਲਾ ਮੈਂ ਕਰਾਂਗੀ ਕਿਸ ਲਾਇਕ ਹੈ। ਸ਼ਿਬੂ, ਮੈਂ ਬਹਿਕ ਗਈ ਸੀ, ਇਹਨਾਂ ਸਾਰਿਆਂ ਨੇ ਸਾਡੀ ਸਿਚੁਏਸ਼ਨ ਦਾ ਫਾਇਦਾ ਚੁੱਕਿਆ ਤੇ ਸਾਨੂੰ ਲੜਾ ਤਾ। ਇਹ ਦੋਸਤ ਨਹੀਂ, ਇਹ ਤਾਂ ਜੱਲਾਦ ਨੇ, ਜੱਲਾਦ। ਕੀ ਮੈਂ ਜੱਲਾਦ? ਪਿਛਲੇ 4 ਦਿਨਾਂ ਤੋਂ ਇਹਨੂੰ ਮਾਰਨ ਦੇ ਨਵੇਂ ਨਵੇਂ ਤਰੀਕੇ ਤੂੰ ਗੂਗਲ ਤੇ ਲੱਭਦੀ ਪਈ ਸੀ, ਤੇ ਮੈਂ ਜੱਲਾਦ। ਤੁਹਾਨੂੰ ਦੋਨਾਂ ਨੂੰ ਤਾਂ ਸੂਲੀ ਤੇ ਚੜਾ ਦੇਣਾ ਚਾਹੀਦਾ ਹੈ। ਅੱਜ ਤੋਂ ਬਾਅਦ ਦੁਬਾਰਾ ਗਲਤੀ ਨਾਲ ਵੀ ਮੈਨੂੰ ਨਹੀਂ ਮਿਲਣਾ, ਵਰਨਾ ਮਰੋ। ਜੇ ਪਹਿਲੀ ਮੁਲਾਕਾਤ ਇੱਦਾਂ ਦੀ ਹੋਵੇ ਤਾਂ ਸਟੋਰੀ ਯਾਰ ਉੱਥੇ ਹੀ ਖਤਮ ਹੋਣੀ ਚਾਹੀਦੀ। ਇਹ ਦੁਬਾਰਾ ਕਿੱਦਾਂ ਮਿਲ ਗਏ? ਉਸ ਤੋਂ ਵੀ ਵੱਡੀ ਗੱਲ, ਦੋਸਤ ਕਿੱਦਾਂ ਹੋ ਗਏ? ਜਿਵੇਂ ਤੇਰਾ ਇੰਟਰਸਟ ਬਣਿਆ ਹੋਇਆ ਨਾ ਕਹਾਣੀ ਦੇ ਵਿੱਚ, ਮੈਨੂੰ ਗੌਡ ਦਾ ਵੀ ਇਹਨਾਂ ਦੀ ਕਹਾਣੀ ਦੇ ਵਿੱਚ ਇੰਟਰਸਟ ਬਣ ਗਿਆ ਸੀ। ਆ ਗੁੰਜਨ ਨੂੰ ਚਾਹੀਦਾ ਸੀ ਇੱਕ ਰੈਂਟ ਤੇ ਰੂਮ। ਉਹਨੇ ਇੱਕ ਦਿਨ ਅਖਬਾਰ ਦੇ ਵਿੱਚ ਇਸ਼ਤਿਹਾਰ ਪੜਿਆ ਕਿ ਇੱਕ ਥੀਏਟਰ ਆਰਟਿਸਟ ਨੂੰ ਪਾਰਟਨਰ ਚਾਹੀਦਾ ਆਪਣੇ ਰੂਮ ਦੇ ਵਿੱਚ ਰਹਿਣ ਲਈ, ਉਹਦੇ ਨਾਲ ਕਿਰਾਇਆ ਸਾਂਝਾ ਹੋ ਜਾਊਗਾ, ਕੂਲ ਸ਼ਾਂਤ। ਗੁੰਜਨ ਨੇ ਪੜਿਆ ਤੇ ਬੈਗ ਚੱਕ ਕੇ ਪਹੁੰਚ ਗਈ।
ਹੈਪੀ ਇਹ ਜਾਲਮ ਦੁਨੀਆ ਸਾਨੂੰ ਕਦੇ ਵੀ ਇੱਕ ਨਹੀਂ ਹੋਣ ਦੇਵੇਗੀ ਪਰ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ ਇਹ ਦੁਨੀਆ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਪਰ ਜੇ ਅਸੀਂ ਇੱਥੇ ਨਾ ਮਿਲੇ ਅਸੀਂ ਉੱਪਰ ਜਾ ਕੇ ਜ਼ਰੂਰ ਮਿਲਾਂਗੇ ਮੈਂ ਜਾ ਰਹੀ ਹਾਂ ਨਹੀਂ ਜਾ ਰਹੀ ਹਾਂ ਮੈਂ ਨਹੀਂ ਮੈਂ ਜਾ ਰਹੀ ਹਾਂ ਤੇਰੇ ਤੋਂ ਬਿਨਾਂ ਰਹਿਣਾ ਮੈਂ ਵੀ ਨਹੀਂ ਹੁਣ रुचि हाय हाय यार तू कॉल ही नहीं की मैंने लगे तेरा अरेंजमेंट हो गया होना मैं हले कल ही किसी होर नू रख लिया हाँ यार तेरा नंबर डिलीट हो गया सी मैं सोचा कि मिलके चांस लें दिया हुण की करेंगी पता नहीं कोई तो रास्ता निकल आऊगा पर कितों निकलोगा इना सौखा थोड़ी है रास्ता कढ़ना तू एक काम कर मेरे फ्रेंड ना रहला फ्रेंड ना मेरे भ्रामा वर्गा है नाले शरीफ भी है ए ते शरीफ हाँ हाँ इन्हें मैं सब कुछ दस दिता है वड़े वड़े शहर च छोटिया छोटिया गल्ला हुंदिया रहिंदिया ने पर रुचि मैं इहदे नाल किवें रहांगी यार दो चार दिन एडजस्ट कर ला फिर मैं कोई चक्कर चलानी हाँ एक कुछ नहीं कहेगा तेनू एक कोने सुता रहेगा ਤੁਸੀਂ ਸੁੱਤੇ ਨਹੀਂ ਮੈਂ ਵੀ ਸਾਰੀ ਰਾਤ ਨਹੀਂ ਸੁੱਤਾ ਮੇਰੇ ਦੋਸਤ ਪਤਾ ਮੈਨੂੰ ਕੀ ਕਹਿੰਦੇ ਆ ਰਾਤ ਨੂੰ ਬੈੱਡ ਤੋਂ ਗਿਰ ਜਾਂਦਾ ਤੇ ਕਦੇ ਸਾਈਕਲ ਚਲਾਉਣ ਲੱਗ ਜਾਂਦਾ ਕਦੇ ਤੁਰਨ ਲੱਗ ਜਾਂਦਾ ਝੂਠ ਬੋਲਣ ਦੀ ਵੀ ਹੱਦ ਹੁੰਦੀ ਆ ਕੋਈ ਵੈਸੇ ਤੁਸੀਂ ਵੀ ਨਹੀਂ ਸੁੱਤੇ ਹਾਂ ਮੈਂ ਸੁਣਿਆ ਕਹਿੰਦੇ ਨਵੇਂ ਘਰ ਜਾ ਕੇ ਤਾਂ ਜਾਨਵਰਾਂ ਨੂੰ ਵੀ ਪਹਿਲੇ ਦਿਨ ਨੀਂਦ ਨਹੀਂ ਆਉਂਦੀ ਹਸਬੋ ਤੁਹਾਨੂੰ ਮੇਰੇ ਤੋਂ ਡਰ ਲੱਗਦਾ ਬਹੁਤ ਸ਼ਰੀਫ ਹਾਂ ਮੈਂ ਰੋਜ਼ ਸਵੇਰੇ ਉੱਠ ਕੇ ਨਾ ਮੈਂ ਸੈਰ ਕਰਨ ਜਾਂਦਾ ਖੁੱਲੀ ਆਕਸੀਜਨ ਵਿੱਚ ਚੱਲੋਗੇ ਮੇਰੇ ਨਾਲ ਚੱਲਦੇ ਹਾਂ ਸ਼ਾਇਦ ਤੁਹਾਡਾ ਮੂਡ ਠੀਕ ਹੋ ਜਾਵੇ ਮੇਰੀ ਵੀ ਨੀਂਦ ਖੁੱਲ ਜੂਗੀ ਚੱਲੀਏ ਕੱਲ੍ਹ ਤੁਸੀਂ ਮੈਨੂੰ ਆਇਆ ਤਾਂ ਨਹੀਂ ਕਹੋਗੇ ਇਹ ਕਿਉਂ ਕਹਿ ਰਣਵੀ ਤੇਰੇ ਨਾਲ ਰਹਿੰਦੇ ਰਹਿੰਦੇ ਨਾ ਮੈਂ ਤੇਰੇ ਬੱਚੇ ਦੀ ਮਾਂ ਬਣ ਗਈ ਹੁਣ ਜਾਂ ਤਾਂ ਮੇਰੇ ਨਾਲ ਵਿਆਹ ਕਰਾ ਲੈ ਜਾਂ ਫਿਰ ਮੈਨੂੰ ਜ਼ਹਿਰ ਦੇ ਦੇ ਐ ਨਹੀਂ ਹੋ ਸਕਦਾ ਕਿਉਂ ਮੈਂ ਇਨਸਾਨ ਪਛਾਣ ਚ ਇੰਨੀ ਗਲਤੀ ਨਹੀਂ ਕਰ ਸਕਦੀ ਕੀ ਮਤਲਬ ਜਾਂ ਤੂੰ ਉਹਦੇ ਵਰਗੀ ਨਹੀਂ ਹੋ ਸਕਦੀ ਜਾਂ ਫਿਰ ਮੈਂ ਤੈਨੂੰ ਵਰਗੀ ਕਰ ਨਹੀਂ ਸਕਦਾ
शट अप रणबीर। सवेरे सवेरे इन्ने वजे मौसम च ना मलाई वर्गी कुड़ी नाल चाह पीने का स्वाद भी हो रही है। हो रहा है मतलब? मतलब यारा दोस्तों ने चाह बधेरी पीती आ, पर जेड़ा स्वाद टुटते ना चाह पी गया ना मजा आ गया। मैं सोच रही हाँ तुसी कल्ले कैसे रहते से, कितना शौक है तुम्हें गल्ला करन दा? वैसे तुसी काम की करते हो? एड एजेंसी च 9 to 5 जॉब। ते मैं 5 तो गया ना, फिर तो बहुत घट्टो घट्ट मिलया करांगे। ते संडे नु तुसी इत्थे मलाई वर्गी कुड़ी नाल चाह पी के कुछ और ही मजा लिया करे। एक तरीका है पैसे बचाने का, ब्याह करवा ला मेरे नाल। ਸਾਡਾ ਵਿਆਹ ਤਾਂ ਕੱਲ ਸਵੇਰ ਹੀ ਹੋਇਆ ਜੀ। ਕੀ ਮੈਂ ਇੰਨਾ ਸਟਰੋਂਗ ਆ? ਚੁੱਪ ਕਰ, ਐ ਨਹੀਂ ਹੋ ਸਕਦਾ, ਕੁਦਰਤ ਨਹੀਂ ਹੋ ਸਕਦਾ। ਹਾਏ ਹਾਏ, ਅੱਜ ਕੱਲ ਦੇ ਮੁੰਡੇ ਕੁੜੀਆਂ ਸਬਰ ਤਾਂ ਹੈ ਹੀ ਨਹੀਂ। ਉਹ ਘੱਟੋ ਘੱਟ ਵਿਆਹ ਹੋਣ ਤੱਕ ਤਾਂ ਰੁਕ ਜਾਣਾ ਸੀ, ਲਾਈਟੀ ਕਾਹਦੀ ਆਖਰ ਚੜੀ ਸੀ ਤੁਹਾਨੂੰ? ਹਾਏ, ਸਾਡੇ ਜ਼ਮਾਨੇ ਚ ਤਾਂ ਹਫਤਾ ਹਫਤਾ ਦੇਖਦੇ ਵੀ ਨਹੀਂ ਸੀ ਹੁੰਦੇ। ਸ਼ਕਲ ਤੁਸੀਂ ਕੀ ਸਮਝੇ? ਸੋਰੀ ਸੋਰੀ ਡਾਕਟਰ ਮੈਮ, ਤੁਹਾਨੂੰ ਗਲਤ ਰਿਪੋਰਟ ਮਿਲੀ ਹੈ, ਇਹਨਾਂ ਦੀ ਅਸਲੀ ਰਿਪੋਰਟ ਇਹ ਹੈ। ਦੋਨਾਂ ਦਾ ਨਾਮ ਸੇਮ ਹੋਣ ਕਰਕੇ ਮੈਨੂੰ ਕਨਫਿਊਜ਼ਨ ਹੋ ਗਈ ਸੀ। ਬੇਵਕੂਫ। ਸੋਰੀ ਮੈਮ। ਉਹ ਨਾ ਐਕਸੀਡੈਂਟਲੀ ਹੋ ਗਿਆ ਹੈ। ਤੁਸੀਂ ਟੈਂਸ਼ਨ ਨਾ ਲਓ, ਤੁਹਾਡਾ ਤਾਂ ਸਿਰਫ ਪੇਟ ਹੀ ਖਰਾਬ ਹੈ। ਕੋਈ ਗੱਲ ਨੀ, ਮੈਂ ਦਵਾਈ ਲਿਖ ਦਿੰਦੀ ਹਾਂ, ਹੈ ਤੁਸੀਂ ਲੈ ਲਿਓ। ਤੇ ਨਾ ਡਿਲੀਵਰੀ ਦੇ ਟਾਈਮ ਨਾ ਮੇਰੇ ਕੋਲ ਹੀ ਆਉਣਾ ਹੈ, ਓਕੇ? ਸਾਨੂੰ ਵੀ ਤਾਂ ਸੇਵਾ ਦਾ ਮੌਕਾ ਮਿਲਣਾ ਚਾਹੀਦਾ ਕਿ ਨਹੀਂ? ਹੁਣ ਵਿਆਹ ਤਾਂ ਹੋ ਹੀ ਗਿਆ, ਤੇ ਸੋਚੋ ਕੁਛ ਕੁਦਰਤੀ। ਡਾਕਟਰ ਤੇ ਵਕੀਲ ਨੂੰ ਆਪਣੇ ਪੇਸ਼ ਹੋ ਗਈ, ਇਹਨਾਂ ਕਹਿਣ ਤੇ ਭੱਜ
ਜਾਵੇ ਜਿਵੇਂ ਫਰੰਟੀਅਰ ਮੇਲ ਜਾਂਦੀ ਹੁੰਦੀ ਹੈ। ਮੈਨੂੰ ਡਰ ਲੱਗੇ ਵੀ ਆਪਣੀ ਕਹਾਣੀ ਦੱਸਦੀ ਦੱਸਦੀ ਇੰਨੀ ਸਪੀਡ ਤੇ ਕਿਤੇ ਸਾਹ ਲੈਣਾ ਹੀ ਨਾ ਭੁੱਲ ਜੇ। ਮੈਂ ਕਿਹਾ ਮੈਡਮ ਰੁਕੋ ਰੁਕੋ ਥੋੜਾ ਮੋਟਾ ਦਮ ਲੈ ਲਓ, ਅੱਧਾ ਘੰਟਾ ਹੋਗਾ ਤੁਹਾਨੂੰ ਬੋਲਦਿਆਂ ਨੂੰ। ਹੁਣ ਮੇਰਾ ਟਾਈਮ ਖਤਮ ਹੈ, ਜੇ ਇਸ ਤੋਂ ਬਾਅਦ ਬੋਲਣਾ ਤਾਂ ਪਰ ਮਿੰਟ ਦੇ ਹਿਸਾਬ ਨਾਲ ਚਾਰਜਸ ਲੱਗਣਗੇ। ਮੈਨੂੰ ਆਇਆ ਸੀ ਪਰ ਮਿੰਟ ਦਾ ਸੁਣ ਕੇ ਭੱਜ ਜੂਗੀ, ਪਰ ਨਾ ਫੇਰ ਸ਼ੁਰੂ ਹੋ ਗਈ ਦਗੜ 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 ਫੁੱਲ ਸਪੀਡਾਂ ਤੇ ਫੁੱਲ ਸਪੀਡਾਂ ਤੇ ਪਗਲਾ ਕਿਥੋਂ ਆ ਗਿਆ। ਮਾਈ ਡੀਅਰ ਫਰੈਂਡ, ਇਹਦੇ ਪਿੱਛੇ ਇੱਕ ਬਹੁਤ ਸੈਡ ਖੁਸ਼ ਖਬਰ ਹੀ ਹੈ। ਤੇਰੀ ਦਾਦੀ ਕਿੰਨੀ ਚੰਗੀ ਲੱਗਦੀ ਪਈ ਹੈ, ਕਿੰਨੀ ਘੱਟ ਉਮਰ ਚ ਚਲੀ ਗਈ, ਸਿਰਫ 91 ਸਾਲ ਚ। ਆਖਰੀ ਟਾਈਮ ਚ ਵੀ ਤੈਨੂੰ ਯਾਦ ਕਰ ਰਹੀ ਸੀ, ਕਹਿੰਦੀ ਗੁੰਜੀ ਗੁੰਜੀ ਮੇਰੀ ਬੱਚੀ ਕਿੱਥੇ ਹੈ ਤੂੰ। ਇੰਨਾ ਪਿਆਰ, ਪੂਰੇ 5 ਕਰੋੜ ਦੀ ਪ੍ਰੋਪਰਟੀ ਛੱਡ ਕੇ ਗਈ ਤੇਰੇ ਲਈ, ਕਹਿੰਦੀ ਮੇਰੀ ਗੁੰਜਨ ਨੂੰ ਦੇ ਦੇਣਾ। ਬੜੀ ਚੰਗੀ ਸੀ ਤੇਰੀ ਦਾਦੀ। ਦਾਦੀ ਦਾਦੀ ਤੁਸੀਂ ਕਿਉਂ ਚਲੇ ਗਏ ਦਾਦੀ? ਮੈਨੂੰ ਕੱਲਾ ਛੱਡ ਦਿੱਤਾ ਦਾਦੀ, ਇਹ ਵੀ ਕੋਈ ਉਮਰ ਸੀ ਜਾਣ ਦੀ? ਨਾ ਮੇਰੀ ਬੱਚੀ, ਨਾ ਸਬਰ ਕਰ, ਸਾਨੂੰ ਪੈਸੇ ਨਹੀਂ ਚਾਹੀਦੇ ਸੀ ਦਾਦੀ, ਅਸੀਂ ਕੀ ਕਰਾਂਗੇ? ਬਸ ਤੁਸੀਂ ਵਾਪਸ ਆ ਜਾਓ ਦਾਦੀ। ਵਾਹ ਮੇਰੇ ਰੱਬਾ ਵਾਹ, ਦਾਦੀ ਬਿਲਕੁਲ ਇਹੀ ਕਹਿੰਦੀ ਸੀ ਕਿ ਗੁੰਜਨ ਨੂੰ ਇਹ ਪੈਸਾ ਨਹੀਂ ਚਾਹੀਦਾ, ਇਸ ਲਈ ਉਹਨਾਂ ਨੇ ਕਾਫੀ ਜਾਇਦਾਦ ਟਰੱਸਟ ਦੇ ਨਾਮ ਕਰ ਦਿੱਤੀ ਹੈ। ਦਾਦੀ ਕਿੰਨੀ ਕਰ ਦਿੱਤੀ? 95% ਟਰੱਸਟ ਦੇ ਨਾਮ ਤੇ ਤੁਹਾਡੇ ਲਈ ਪੂਰਾ 25 ਲੱਖ ਰੁਪਇਆ ਛੱਡ ਕੇ ਗਏ ਨੇ। ਬੁੱਢੀ ਤੇ ਕੇਸ ਕਰ ਦਿੰਦੀ ਜੋ ਜ਼ਿੰਦਾ ਹੁੰਦੀ। ਅਸੀਂ ਕੋਈ ਮੰਗਤੇ ਆ? ਸਾਡੀ ਵੀ ਕੋਈ ਇੱਜ਼ਤ ਹੈ? ਸਾਡੇ ਵੱਲ ਕੁਝ ਵੀ ਸੁੱਟ ਦੇਗੀ ਤੇ ਅਸੀਂ ਚੱਕ ਲਵਾਂਗੇ ਨਾ? ਲੋਇਰ ਦੇ ਨਾਲ ਕੋਈ ਸੈਟਿੰਗ ਕਰਕੇ ਜੇ ਅਸੀਂ ਵਸੀਅਤ ਨੂੰ ਉਲਟਾ ਕਰ ਦਈਏ ਤੇ ਗੋਡ ਸਾਨੂੰ ਪਨਿਸ਼ ਤਾਂ ਨਹੀਂ ਕਰਾਂਗੇ? ਤੁਸੀਂ ਕੁਝ ਬੋਲਦੇ ਕਿਉਂ ਨਹੀਂ? ਅਰੇ ਇਹ ਪੈਸਾ ਵੀ ਬਹੁਤ ਕੁੱਤੀ ਚੀਜ਼ ਆਈ ਆ, ਜੇ ਹੋਵੇ ਤਾਂ ਮੁਸੀਬਤ, ਨਾ ਹੋਵੇ ਤਾਂ ਮੁਸੀਬਤ। ਜਦੋਂ ਰੱਬ ਮਿਹਰਬਾਨ ਹੁੰਦਾ ਨਾ, ਉਹ ਤਾਂ ਬੰਦਾ ਪੂਰਾ ਚੜ੍ਹਦੀਆਂ ਗੱਲਾਂ ਚ ਹੁੰਦਾ, ਉਦੋਂ ਨੀ ਉਹਦੇ ਕੋਲ ਚੱਚੇ ਤੇ ਹੁੰਦਾ। ਹੋਇਆ ਇਹ ਕਿ ਇੱਕ ਤਾਂ ਮਰਦੀ ਹੋਈ ਪੈਸਾ ਦੇਗੀ ਤੇ ਦੂਜੀ ਜਿਉਂਦੇ ਜੇ। ਕਿਦਾ
अपना मतलब मेरी बॉस दा है बड़े साला तो बंद पया सी तुहानू पता है मनजीत मैडम ने भी अपनी जिंदगी किराए ते शुरू की थी सी ओ जानदी है अपने घर की कीमत इस करके ओ इस घर नू किसी ऐसे बंदे नू वेचना चाहती सी जिन्हों एदी ओनी ही चाह होवे पावे दो पैसे कट मिलन लगता है साड़ी किस्मत विच एही घर लिखिया है पर घर है कि नहीं 25 लाख हुण दे देवांगे बाकी दे हौली हौली पर किवें दे देवांगे मैनू यकीन आ पिया तू अब तो आजा 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 रणवीर हू वाज द थिएटर आर्टिस्ट ਉਹਨੂੰ ਇੱਕ ਜੌਬ ਮਿਲ ਗਈ ਬਹੁਤ ਵੱਡੀ ਕੰਪਨੀ ਦੇ ਵਿੱਚ ਤੇ ਗੁੰਜਨ ਨੇ ਘਰ ਸਾਂਭ ਲਿਆ ਘਰ ਨੂੰ ਸੰਵਾਰਨ ਲੱਗ ਗਈ ਪੂਰੀ ਮਿਹਨਤ ਕੀਤੀ ਇੰਨੀ ਦੋਨੋਂ ਨੇ ਮਿਹਨਤ ਕੀਤੀ ਸਾਰਾ ਖਰਚਾ ਲਾਤਾ ਫਿਰ ਉਹਨਾਂ ਨੇ ਆਪਣੇ ਇੱਕ ਪੁਰਾਣੇ ਦੋਸਤ ਸੈਂਟੀ ਨੂੰ ਸੱਦਿਆ ਉਹਨਾਂ ਆਪਣੇ ਘਰ ਦਾ ਨਕਸ਼ਾ ਬਦਲਵਾਇਆ ਉਹ ਤੋਂ ਇੰਟੀਰੀਅਰ ਡਿਜ਼ਾਈਨ ਕਰਵਾਇਆ ਇੰਨਾ ਸੋਹਣਾ ਘਰ ਜਿਹੜਾ ਕਦੇ ਮਕਾਨ ਹੁੰਦਾ ਸੀ ਉਹ ਘਰ ਲੱਗਣ ਲੱਗ ਗਿਆ ਜਦ ਘਰ ਬਣ ਗਿਆ ਫਿਰ ਪਾਰਟੀ ਦੇਣੀ ਤਾਂ ਬਣਦੀ ਸੀ ਨਾ ਲਵੀ ਲਵੀ ਨਾਥ ਲਵੀ ਲਵੀ ਨਾਥ ਵੇਖਿਆ ਫਿਰ ਹਾਰ ਗਏ ਨਾ ਤੁਸੀਂ ਏਦਾਂ ਹੀ ਕਰਦੇ ਹੋ ਤੁਸੀਂ ਚਲੋ ਇਸ ਹਾਰ ਤੇ ਮੇਰੀ 1 ਤਾਰੀਫ ਤੱਕ ਨਹੀਂ ਬਣਦੀ ਹੈ ਨਾ ਬਸ ਇੱਕੋ ਜੀ ਤੁਹਾਡੀ ਤਾਰੀਫ ਸਾਰੀ ਉਮਰ ਤੁਹਾਡੀ ਤਾਰੀਫਾਂ ਹੀ ਕੀਤੀਆਂ ਨੇ ਤੁਸੀਂ ਮੇਰੀ ਡੋਲ ਹੋ ਮੋਸਟ ਬਿਊਟੀਫੁਲ ਇਨ ਦਾ ਵਰਲਡ ਹੋ ਮੇਰੇ ਵਾਸਤੇ ਤੁਹਾਡੇ ਤੋਂ ਚੰਗਾ ਕੋਈ ਹੈ ਹੀ ਨਹੀਂ ਦੁਨੀਆ ਵਿੱਚ ਜੋ ਪਿਆਰ ਤੇ ਖੁਸ਼ੀ ਤੁਸੀਂ ਮੈਨੂੰ ਦਿੱਤੀ ਕੋਈ ਹੋਰ ਦੇ ਨਹੀਂ ਸਕਦਾ ਸੀ ਮੈਨੂੰ ਖੁਸ਼ ਹੋ ਜੀ ਹਾਂ ਯਾ ਹੋਰ ਝੂਠ ਬੋਲਾਂ ਚੀਅਰਸ ਚੀਅਰਸ ਲਵ ਮੀ ਨਾਟ ਲਵ ਮੀ ਲਵ ਮੀ ਨਾਟ ਤੁਸੀਂ ਤਾਂ ਹਾਰ ਗਏ ਕੀ ਕਰੋਗੇ ਚਲੋ ਮੇਰੇ ਲਈ ਗਾਣਾ ਗਾ ਤੇਰੀ ਨੀਂਦ ਚੁਰਾ ਲੂੰਗਾ ਤੇਰਾ ਚੈਨ ਚੁਰਾ ਲੂੰਗਾ ਤੈਨੂੰ ਖੋ ਕੇ ਤੇਰੇ ਤੋਂ ਆਪਣਾ ਬਣਾ ਲੂੰਗਾ ਕੋਸ਼ਿਸ਼ਾਂ ਦੇ ਨਾਲ ਵੀ ਨਾ ਨਿਕਲੂ ਐਸਾ ਦਿਲ ਵਿੱਚ ਸੋਣੀਏ ਮੈਂ ਵੜਿਆ ਸਾਰੀ ਦੁਨੀਆ ਦੇ ਰੰਗ ਫਿੱਕੇ ਲੱਗਣੇ ਤੈਨੂੰ ਪਿਆਰ ਮੇਰੇ ਦਾ ਜੋ ਰੰਗ ਚੜਿਆ ਸਾਰੀ ਦੁਨੀਆ ਦੇ ਰੰਗ ਫਿੱਕੇ ਲੱਗਣੇ ਮੇਰੇ ਪਿਆਰ ਵਾਲਾ ਰੰਗ ਜਦੋਂ ਚੜਿਆ ਕਿੱਥੋਂ ਲਿਆ ਪੀਸ ਲੰਡਨ ਤੋਂ ਅੱਛਾ ਇੰਨਾ ਤਾਂ ਚੱਲਦਾ ਹੈ ਕੀ ਫਰਕ ਪੈਂਦਾ ਮੈਨੂੰ ਫਰਕ ਪੈਂਦਾ ਜਦ ਤੂੰ ਮੇਰੇ ਬੌਸ ਦੀ ਵਾਈਫ ਨੂੰ ਝੂਠ ਬੋਲਦੀ ਹੈ ਨਾ ਤਾਂ ਮੈਨੂੰ ਫਰਕ ਪੈਂਦਾ ਤੈਨੂੰ ਕਿੰਨੀ ਵਾਰ ਸਮਝਾਇਆ ਗਿਆ ਫੜਾ ਥੋੜੀ ਘੱਟ ਮਾਰਿਆ ਕਰ ਤਾਂ ਕੀ ਕਹਿੰਦੀ ਚੋਰ ਬਾਜ਼ਾਰ ਤੋਂ ਲਿਆਈ ਆ ਸਾਰਿਆਂ ਸਾਹਮਣੇ ਬੇਇੱਜ਼ਤੀ ਕਰਾਤੀ ਮੇਰੀ ਬੇਇੱਜ਼ਤੀ ਉਹ ਉਹ ਮਿਸਿਸ ਅਗਰਵਾਲ ਕਿੰਨਾ ਝੂਠ ਬੋਲਦੀ ਆ ਉਹਦਾ ਕੀ ਉਹ ਅਮੀਰ ਲੋਕ ਨੇ ਉਹ ਝੂਠ ਬੋਲ ਸਕਦੇ ਆ ਆਪਾਂ ਉਹਦੀ ਬਰਾਬਰੀ ਨਹੀਂ ਕਰ ਸਕਦੇ ਮੇਰੇ ਤੇ ਮੇਰੇ ਘਰ ਦੇ ਬਾਰੇ ਕੋਈ ਕੁਝ ਨਹੀਂ ਬੋਲੇਗਾ ਗੁੰਜਨ ਉਹਨਾਂ ਗੱਲ ਗੱਲ ਤੇ ਆ ਆਪਣੇ ਘਰ ਦੀ ਤਾਰੀਫ ਸੁਣਨ ਦੀ ਆਦਤ ਹੋ ਗਈ ਸੀ ਯੂ ਨੋ ਲੇਡੀਜ਼ ਹੈਬਿਟ ਭੋਲੀ ਆ ਵਿਚਾਰੀ ਯਾਰ
पति पत्नी विच छोटी मोटी लड़ाई तो होंदी रहिंदी है, पर डिवोर्स तक गल कितना पहुंच गई। तैनू सुन के हैरानी होगी कि मैं अज तक दे अपने हुण तक दे एक्सपीरियंस दे विच जिन्ने भी केस लड़े है जां सुने है उन्होंने किसी भी डिवोर्स केस दे विच कोई वड्डा कारण नहीं सी, छोटियां छोटियां गल्लां, निक्कियां निक्कियां गलतफहमियां, कई बार नोक झोक शुरू होंदी है, बहस होंदी है, पर खत्म नहीं होंदी, खत्म होंदी आके कोर्ट दे विच। ते किने इसे तरह रणजीत आगे गुंजन 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 मेरे बॉस का फोन सी, तेरी उन्होंने गल हुई होगी? हाँ। तू उन्होंने चार भेजे? हाँ। हाँ? तू चार दी कंपनी ला रही है, ते मैं दस्या भी नहीं, की बेवकूफी है? मैं तुहानू दसण ही वाली सी, सवेर तो कह रही हूँ कि तोड़े नाल गल करनी है। इतना तू मैंने रोज कहनी है। हुण मैं बोला? हाँ बोल। दो दिन पहला तोड़े बॉस की वाइफ आई सी अपने फ्रेंड्स दे नाल। मैं ए करांगी। तू ऐदा नहीं करेगी। मैं अगे वधांगी, किसी भी कीमत ते अगे वधांगी। जे तू अगे वधेगी ना घरों बाहर कर दूंगा तेनू। मैं करांगी, फिर भी करेंगी, जिंदगी चो बाहर कर दूंगा तेनू। मैं फिर भी करांगी। तलाक चाहिए ना तेनू, डिवोर्स कल ही फाइल कर दूंगा। ਉਹਦੇ ਮੂੰਹ ਤੋਂ ਇਹ ਗੱਲ ਨਿਕਲੀ ਕਿੱਦਾਂ? ਮੈਂ ਆਪਣੀ ਸਾਰੀ ਦੁਨੀਆ ਛੱਡ ਦਿੱਤੀ ਇਹਦੇ ਨਾਲ ਦੁਨੀਆ ਵਸਾਉਣ ਲਈ, ਤੇ ਐਸੇ ਨਾ ਭਾਵੇਂ ਕੁਝ ਵੀ ਕਹਿ ਲੈਂਦਾ ਮੈਂ ਬਰਦਾਸ਼ਤ ਕਰ ਲੈਂਦੀ, ਪਰ ਡਿਵੋਰਸ? ਉਹਨੂੰ ਕੀ ਲੱਗਾ ਕਿ ਉਹ ਮੈਨੂੰ ਏਡੀ ਵੱਡੀ ਧਮਕੀ ਦੇ ਕੇ ਡਰਾ ਦੇਵੇਗਾ? ਅੱਜ ਇਹ ਜੋ ਕੁਝ ਵੀ ਹੈ ਸਾਡੇ ਦੋਨਾਂ ਕਰਕੇ ਹੈ। ਜੇ ਉਹ ਮੈਨੂੰ ਛੱਡ ਸਕਦਾ ਹੈ ਤਾਂ ਮੈਂ ਵੀ ਉਹਨੂੰ ਛੱਡ ਸਕਦੀ ਹਾਂ। ਉਹ ਕੀ ਮੈਨੂੰ ਡਿਵੋਰਸ ਦੇਵੇਗਾ? ਮੈਂ ਉਹਨੂੰ ਡਿਵੋਰਸ ਦੇਵਾਂਗੀ। ਇਹਨੂੰ ਤਾਂ ਸਬਕ ਸਿਖਾਉਣਾ ਪਵੇਗਾ। ਕੀ ਅਚਾਰ ਦੇ ਲਈ ਡਿਵੋਰਸ? ਕੋਦਿਆ ਪਹਾੜ ਤੇ ਨਿਕਲਿਆ ਅਚਾਰ ਡੀਆਰ ਦਲੇਰ। ਔਰਤਾਂ ਬੜਾ ਕੁਝ ਬਰਦਾਸ਼ਤ ਕਰ ਜਾਂਦੀਆਂ, ਪਰ ਨਿੱਕੀਆਂ ਨਿੱਕੀਆਂ ਗੱਲਾਂ ਕਈ ਵਾਰੀ ਬਰਦਾਸ਼ਤ ਨਹੀਂ ਕਰਦੀਆਂ। ਸੋ ਜੇ ਔਰਤ ਨਾਲ ਜਨਾਨੀ ਨਾਲ ਗੱਲ ਕਰਨੀ ਹੋਵੇ ਨਾ ਤਾਂ ਸੰਭਲ ਕੇ ਕਰਨੀ ਚਾਹੀਦੀ ਹੈ। ਮੂੰਹ ਚੋਂ ਨਿਕਲੀ ਗੱਲ ਤੇ ਕਮਾਨ ਚੋਂ ਨਿਕਲਿਆ ਤੀਰ ਕਿਤੇ ਦਾ ਜਾ ਕੇ ਵੱਜਦਾ ਹੀ ਹੈ, ਤੇ ਸਿੱਧਾ ਵੱਜਿਆ ਜਾ ਕੇ ਕੋਰਟ ਦੇ ਵਿੱਚ। ਮੈਂ ਵੀ ਆ ਜਾਂਦਾ ਕੋਰਟ ਵਿੱਚ, ਕਮੈਂਟਰੀ ਤੇ ਤੇਰੀ ਬਤੇਰੀ ਸੁਣ ਲਈ, ਹੁਣ ਲਾਈਵ ਟੈਲੀਕਾਸਟ ਵੀ ਦੇਖਾਂ। ਸ਼ੋਰ ਸ਼ੋਰ, ਜਦੋਂ ਮਰਜ਼ੀ, ਤੇਰੀ ਆਪਣੀ ਤਾਂ ਕੋਰਟ ਹੈ, ਲੈਟਸ ਗੋ। ਬੈਜਾ ਬੈਜਾ, ਅੱਗੇ ਤਾਂ ਦੱਸ ਕੀ ਹੋਊਗਾ। ਸਵਾਦਾਂ ਦੇ ਬੈਠਿਆ ਅੱਗੇ ਕੀ ਹੋਊਗਾ? ਬਮ ਧਮਾਕਾ। ਉਹ ਪ੍ਰੈਸ ਵਾਲੀ ਗੱਲ ਯਾਦ ਆ? ਪ੍ਰੈਸ ਵਾਲੀ ਜਿਹੜੀ ਲਾਈ ਸੀ, ਉਹਦਾ ਸੇਕ ਉਹਦੀ ਅੱਗ ਹਾਲੇ ਤੱਕ ਮੱਠੀ ਨੀ ਪਈ, ਜ਼ਖਮ ਤਾਜ਼ੇ ਨੇ। ਤੇ ਰਣਵੀਰ ਨੇ ਪੁਲਿਸ ਕੋਲ ਰਿਪੋਰਟ ਨਹੀਂ ਕੀਤੀ, ਇਟ ਮੀਨਸ ਉਹ ਆਪਣੇ ਤਰੀਕੇ ਨਾਲ ਬਦਲਣ ਲਊਗਾ। ਅੱਜ ਉਸ ਕਾਕੀ ਨੇ ਹੌਸਪੀਟਲ ਦੇ ਵਿੱਚੋਂ ਡਿਸਚਾਰਜ ਹੋਣਾ, ਸਿੱਧਾ ਜਾਊਗਾ ਘਰੇ। ਅੱਜ ਦੀ ਰਾਤ ਕਿਆਮਤ ਦੀ ਰਾਤ ਹੈ। Thank you.
ला देख ला आया कोर्ट। अच्छा सर्दी के जल्दी कोर्ट देखनी है आई तर पार्किंग। अच्छा पूरा है। दो मिनट में आया। सत श्री अकाल भगवान जी। सत श्री अकाल। आज का टाइम दिया मैं टाइम ते है पर आ किदा टाइम चक्की करता है गौणी जी। हां मेरी सेक्रेटरी है जी। ऑफिस तो जी सेक्रेटरी है जो कोई खास ही है। नहीं सेक्रेटरी है जी। देखिए कि गड़बड़ ना कर दी कोई। नहीं भाजी तुसी मेरे वकील थोड़ा थोड़ा लुकूंगा कुछ। वैसे मैं सुना डॉक्टर ते वकील लोग गाली नहीं होनी चाहिए। वेरी गुड वेरी दोस्त आज सर शी सर खड़ी सी कोई नहीं पा देने छब्बी। मतलब मजाक कर रहे सी। हेलो सर। हेलो। कांग्रेस पहला केस अपना ही लगना है जी। बहुत बढ़िया दिल च ठंड पै गई। हां जी ताड़े दा दिल ते भी ठंड पै गई। मेनू तो अग ही लग गई भांबड़ी मच गए ने। गुंजन जी मैं जो जज नु केस फाइल करके भेजिया है ओदे विच लिखा है तुसी बुरी तरह टॉर्चर होए हो तुहाडा हस्बैंड तुहानू तंग करदा है। पहला की सी ते की बन के आ गए हो हीरो बन के आ गए। पर ईश्वर जी टॉर्चर तो दिल ते दिमाग दे अंदर हुंदा है। मेरी ड्रेस नाल एदा की लेना देना। बीबा दिल ते दिमाग घर रख के आया करो। जदों कोर्ट दे विच आउणा हुंदा ना तां नाल नहीं लियाईदा। केस जितना ना ता थोड़ा ड्रामा करना सिखो। थोड़ा ड्रामा करना आपा तलाक लेना है फेरे नहीं लेने समझ गए ना तुसी। चलो अंदर जाकर वेट करो मैं आना। मैं जस्ट कम की बनूंगा यार की होगा केस का। चल बोल बोल तू। जा साहब मेरे क्लाइंट मिस्टर रणबीर सिंह का केस मैं तुहाडे सामने रखे जिदे विच कली कली गल मैं स्पष्ट करांगा और हर एक गल नूं मैं पूरा विस्तार पूर्वक लिखा हुआ है। मैं भी सर मेरी क्लाइंट गुंजन कौर बिल्कुल निर्दोष है सर। मैं एदी सारी गल तुहाडे अगे रखनी चाहुंदा सो पहला केस मैनू कहण दे आगे रखी जा। जा साहब पहली बारी मेरी है जी एवें विच टंगा ना रहे ने। टंगा ना ही लैंग्वेज देखो सारे दी मैं एक रिस्पेक्टेबल एडवोकेट है इथे। ओ मैं भी तो एडवोकेट हां मैं कहना चपड़ासी लगे इथे। ओ तमीज ना बोली दा हुंदा सीनियर बैठे ने जज साहब ने। जज साहब तुसी अपने आप फैसला। हां जज साहब ऑर्डर 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 थोड़े दोनों दी जरूरत नहीं है इथे सब कुछ है। मैं सब पढ़ लिया है। एवे दोवे चीक चीक के सारा दिन बर्बाद कर देंदे है। एना दा केस बड़ा सिंपल है। मैनु एना नाल सीधी गल कर लैण दे। मैं किसी का टाइम बर्बाद नहीं करना चाहता। नहीं बाद च कहोगे तारीख ते तारीख तारीख ते तारीख तारीख ते तारीख। इसलिए भगवान जी ईश्वर जी रब दी खातर चुपचाप खड़े रहो। ओके हाँ भगवान अपने क्लाइंट नु बुलाओ। जाओ रणबीर अचार का की चक्कर है। जे थोड़ी घर वाली अचार बनाना चाहती है तो इस विच थानू की इतराज है। व्हाट्स योर प्रॉब्लम सर। मैनू पसंद नहीं। देखो जनाब मैं जज है। मेरी घर वाली पापड़ बनाना चाहती है बनाती भी है। आई हैव नो प्रॉब्लम मैनू तो कोई इतराज नहीं। वो सर थोड़ी प्रॉब्लम है मेरी नहीं। फिर थोड़ी की प्रॉब्लम है। डायवोर्स क्यों चाहते हो सिर्फ अचार करके। सॉरी सर मैं ऐसे करके अपने केस की डिटेल तो ऑर्डर ऑर्डर चुपचाप खड़े रहो। मिस गाइड ना करो। व्हाट इज द एक्चुअल प्रॉब्लम
आई वॉन्ट टू हीयर दिस फ्रॉम हॉर्सेज माउथ। हाँ, थर्टी फाइव कितने है? उन्होंने बुलाओ। उन्होंने फाइल कितने है? सर राइट हैंड सर ऐसे तो है नहीं सज्जे भैया सर राइट तो है नी सर मेरे सज्जे तोड़े खबे हाथ जी ओ यार तेनु कॉमन सेंस है कि नहीं तेनु मेरे पास बोलना चाहिए सिगा यू आल्सो डोंट मिसगाइड द कोर्ट गुंजन कौर तो बहुत खूबसूरत कॉम्प्लीमेंट है थानू देखने तो बाद मैं ये महसूस हो रहा है कि रणबीर की गल बिल्कुल सही है थानू आचार नहीं बनाना चाहिए मेरी घर वाली की गल हो थोड़ी प्रॉब्लम की है बोलो डरो नहीं खुल के बोलो देखो असी इथे फैसला करन लई बैठे कानून सब तो उपर है बोलो बोलो प्लीज दौलत सिंह इथे थानू पूरा इंसाफ दवाएगा थानू किसे तो डरन दी लोड़ नहीं है बोलो देखो गुंजन जी जे तुसी नहीं बोलोगे तो मामला किवें निबड़ेगा दसो थानू बोलना पेगा अपनी भावनावां नू बाहर लैके आओ अपनी अंदरूनी सोच नू बाहर कढ़ो डरो नहीं खुल के बोलो ओ प्लीज बोलो ना स्पीक स्पीक एक्सक्यूज मी सर हाँ मेरी क्लाइंट इस बात कुछ डरी ते सहमी हुई है सर तो कोमा जांदा है ना जिवें सर आदमी हौली हौली समझ लो उसे तरह की हालत है साडे दी जे तुसी इस तरह डराओगे तो सर इन्हें तो पहुंच जाना है सर मेरे तो फुला जी कोमल कुड़ी कटहरे दे विच खड़ी देखी नहीं जा रही सर फिर अगली बारी कोर्ट सर्कस च ना ला लिए ऑर्डर ऑर्डर जज मैं कि तुसी कुड़ी डरी हुई है मैं इनू हैंडल करने की कोशिश कर रहे हैं तुसी मैनु परेशान कर रहे हो मिसगाइड कर रहे हो मैनु पटका रहे हो हुण एक लफ्ज ना बोलियो सुने तुसी एक भी लफ्ज हाथ भी नहीं हिलाने मैं इत्थे दा हैड घबराओ ना मेरे हुंदे किसे तो डरन दी लोड़ नहीं कौन डरा रहा थानू ए या ओ दसो मैनू देखो गुंजन जी जदों तक तुसी नहीं बोलोगे मैं किसे नू जान नहीं दांगा ना ए एडवोकेट जानगे ना मैं जावांगा सारा कोर्ट इत्थे बैठा रहेगा अज थानू बोलना पएगा बोलो ओ बोलो हुण कुछ तो बोलो दसो थोड़े नाल की जुल्म होया ओहो बोलो हुण कुछ तो बोलो सर शाबाश हाँ सर हाँ हाँ बोलो 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 सर मैं एना वास्ते की नहीं कीता अपने आप नू पूरी तरह बदल लिया मैनू कोई एतराज नहीं है कि मैं अचार बेचा ए कहंदे ने लोग हसन ले कोई ना हसदे रहे ए उना दी प्रॉब्लम है मेरी नहीं ए स्टेज ते एक्टिंग कर देने ना काफी लोग हसदे ने मैनू कोई प्रॉब्लम नहीं है आई हैव नो प्रॉब्लम
ਇਹਨੇ ਕਿਹਾ ਕਿ ਤੂੰ ਬਿਜ਼ਨਸ ਨਹੀਂ ਕਰ ਸਕਦੀ। ਮੈਂ ਕਿਉਂ ਨਹੀਂ ਬਿਜ਼ਨਸ ਕਰ ਸਕਦੀ? ਕਿਉਂ ਜੱਜ ਸਾਹਿਬ, ਅੱਜ ਦੇ ਜ਼ਮਾਨੇ ਦੀ ਨਾਰੀ ਕੀ ਨਹੀਂ ਕਰ ਸਕਦੀ ਹੈ? ਅਚਾਰ ਬਣਾਉਣਾ ਤਾਂ ਦੂਰ ਦੀ ਗੱਲ ਹੈ, ਜੇ ਇਹ ਨਾ ਸੁਧਰਿਆ ਤਾਂ ਮੈਂ ਇਹਨੂੰ ਵੀ ਬੰਦਾ ਬਣਾ ਦਿਆਂਗੀ। ਨਾਲੇ ਇਹ ਕਿਵੇਂ ਕਹਿ ਸਕਦਾ ਹੈ ਕਿ ਇਹ ਕਰ ਏਦਾਂ ਹੈ? ਜੇ ਮੈਂ ਨਾ ਇਹਨੂੰ ਮਿਲਦੀ, ਇਹਨੇ ਹਾਲੇ ਵੀ ਕਿਰਾਇਆਂ ਤੇ ਧੱਕੇ ਖਾਂਦੇ ਹੋਣਾ ਸੀ। ਮੇਰੀਆਂ ਕੁਰਬਾਨੀਆਂ ਨਾਲ ਬਣਿਆ ਇਹ ਘਰ, ਮੈਂ ਇਹਦੇ ਲਈ ਆਪਣੀ ਪੁਰਾਣੀ ਜ਼ਿੰਦਗੀ ਛੱਡੀ, ਆਪਣੇ ਘਰ ਵਾਸਤੇ ਆਪਣੀ ਜੌਬ ਛੱਡੀ। ਅਸੀਂ ਪਤਨੀਆਂ ਆਪਣੀ ਆਤਮਾ, ਦਿਲ ਸਭ ਵਾਰ ਦਿੰਦੀਆਂ ਆਪਣੇ ਘਰ ਵਾਸਤੇ। ਸਾਡੀ ਸ਼ਰਾਫਤ ਨੂੰ ਕਮਜ਼ੋਰੀ ਸਮਝਦੇ ਨੇ, ਸਾਡੀ ਸੁਣਦੇ ਕਿਉਂ ਨਹੀਂ? ਵੀ ਆਰ ਨੌਕਰਾਨੀ, ਵਾਟ ਨੌਨਸੈਂਸ। ਜੇਕਰ ਬੱਚੇ ਹੋਣ ਤਾਂ ਸਾਨੂੰ ਉਹਨਾਂ ਦੀ ਕੇਅਰ ਕਰਨੀ ਪੈਂਦੀ ਹੈ, ਪਰ ਮੈਂ ਕੱਲੀ ਰਹਿ ਕੇ ਕੀ ਕਰਾਂ? ਇਹਨਾਂ ਦੇ ਬੂਟ ਸਾਫ ਕਰਾਂ? ਵੀ ਆਰ ਨੌਟ ਡੋਮੈਟਸ। ਜੱਜ ਸਾਹਿਬ, ਇਹਨਾਂ ਨੇ ਕਿਹਾ ਕਿ ਛੋਟੀ ਜਿਹੀ ਗੱਲ ਸੀ, ਡਿਵੋਰਸ ਦੇ ਦਿਆਂਗਾ। ਬੋਲ ਕੇ ਨਿਕਲ ਗਿਆ। ਜੇ ਬੋਲਣਾ ਛੋਟੀ ਜਿਹੀ ਗੱਲ ਹੈ ਤਾਂ ਕੇਸ ਫਾਈਲ ਕਰਨਾ ਵੀ ਛੋਟੀ ਜਿਹੀ ਗੱਲ ਹੈ। ਇਹਨੂੰ ਕੀ ਲੱਗਿਆ ਮੈਂ ਧਮਕੀ ਤੋਂ ਡਰ ਜਾਵਾਂਗੀ? ਮੈਂ ਨਹੀਂ ਡਰਨ ਵਾਲੀ, ਵੇਖਿਆ ਜਾਏਗਾ। ਆਰ ਜਾਂ ਪਾਰ, ਜਾਂ ਮੈਂ ਕਰੂੰ ਬਾਰ ਜਾਂ ਫਿਰ ਇਹ ਕਰੂੰ ਬਾਰ। ਇਹ ਅੱਜ ਕਾਮਯਾਬ ਹੋ ਗਿਆ, ਪਰ ਇਹਨੂੰ ਇਹ ਅਹਿਸਾਸ ਨਹੀਂ ਕਿ ਇਹਦੀ ਕਾਮਯਾਬੀ ਚ ਮੇਰਾ ਕਿੰਨਾ ਹੱਥ ਹੈ। ਮੇਰੀ ਤਕਦੀਰ ਤੋਂ ਤੁਸੀਂ ਬਣੇ ਹੋ। ਮੈਂ ਘਰ ਨਹੀਂ ਛੱਡਾਂਗੀ, ਮੈਂ ਅੱਗ ਲਗਾ ਦਿਆਂਗੀ, ਪਰ ਇਹ ਘਰ ਇਹਨੂੰ ਨਹੀਂ ਦਵਾਂਗੀ, ਨਹੀਂ ਦਵਾਂਗੀ। ਘਰ ਮੇਰਾ ਹੈ, ਇਹ ਨਾ ਖਿੱਚ ਜਾਏ, ਸਭ ਕੁਝ ਸਵਾਹ ਕਰ ਦਿਆਂਗੀ। ਉੱਲੂ ਸਮਝਦਾ ਹੈ ਮੈਨੂੰ, ਬੇਵਕੂਫਾ, ਮੈਂ ਬੈਂਡ ਵਜਾ ਦਿਆਂਗੀ। ਬਸ ਕਰੋ, ਬਸ ਕਰੋ, ਥੋੜਾ ਜਿਹਾ ਪਾਣੀ ਪੀ ਲੋ, ਸ਼ਾਂਤ ਹੋ ਜਾਓ। ਮੈਂ ਚੁੱਪ ਨਹੀਂ ਰਹਿ ਸਕਦੀ, ਹੁਣ ਮੈਂ ਚੁੱਪ ਨਹੀਂ ਰਹਾਂਗੀ। ਜਸਬ, ਮੈਂ ਤੁਹਾਨੂੰ ਸਾਰੀ ਗੱਲ ਸ਼ੁਰੂ ਤੋਂ ਦੱਸਦੀ ਹਾਂ, ਇੱਕ ਇੱਕ ਦਿਨ, ਇੱਕ ਇੱਕ ਪਲ ਦਾ ਹਿਸਾਬ ਦੇਵਾਂਗੀ। ਉਹ ਨਹੀਂ, ਮੈਂ ਸਮਝ ਗਿਆ। ਜਸਬ, ਪਹਿਲੀ ਵਾਰ 15 ਸਤੰਬਰ 2013 ਨੂੰ ਮੈਨੂੰ ਐਸੇ ਕੋਰਟ ਦੇ ਬਾਹਰ ਮਿਲਿਆ ਸੀ। ਸੋਮਵਾਰ ਦਾ ਦਿਨ ਸੀ, ਮੈਂ ਆਫਿਸ ਤੋਂ ਛੁੱਟੀ ਲੈ ਕੇ ਆਈ ਸੀ। ਹੋਏਗਾ ਸੋਮਵਾਰ ਦਾ ਦਿਨ, ਪਰ ਹੁਣ ਚੁੱਪ ਕਰ। ਅੱਜ ਇਸ ਕੋਰਟ ਚੋਂ ਕੋਈ ਵੀ ਮੇਰੀ ਗੱਲ ਪੂਰੀ ਹੋਏ ਬਿਨਾਂ ਨਹੀਂ ਜਾਵੇਗਾ, ਨਹੀਂ ਜਾਵੇਗਾ। ਆਰਡਰ, ਆਰਡਰ, ਨਹੀਂ ਜਾਵੇਗਾ। ਜੱਜ ਸਾਹਿਬ, ਪਹਿਲਾਂ ਕੋਰਟ ਦੇ ਬਾਹਰ ਹੰਗਾਮਾ ਕੀਤਾ, ਹੁਣ ਕੋਰਟ ਦੇ ਅੰਦਰ ਹੰਗਾਮਾ ਕਰਦਾ ਪਿਆ। ਮੈਂ ਇਹਨੂੰ ਨਹੀਂ ਛੱਡਾਂਗੀ, ਨਹੀਂ ਛੱਡਾਂਗੀ, ਮੈਂ ਨਹੀਂ ਛੱਡਾਂਗੀ। ਜੱਜ ਸਾਹਿਬ, ਕਿਸੇ ਲਾਇਕ ਨਹੀਂ ਛੱਡਾਂਗੀ, ਨਹੀਂ ਛੱਡਾਂਗੀ, ਨਹੀਂ ਛੱਡਾਂਗੀ। ਚੁੱਪ ਕਰੋ, ਚੁੱਪ ਕਰੋ, ਚੁੱਪ ਹੋ ਜਾਓ, ਚੁੱਪ, ਨਹੀਂ ਚੁੱਪ ਕਰੋ। ਆਰਡਰ, 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 ਕੁਆਇਟ, ਫੋਰ ਗੋਡ ਸੇ ਕੁਆਇਟ, ਚੁੱਪ ਕਰੋ। ਆ ਦੇਖਿਆ ਸਰ, ਇਹ ਰੋਜ਼ ਏਦਾਂ ਹੀ ਬੋਲਦੀ ਆ। ਦੱਸੋ ਕਿ ਐਵੇਂ ਦੇ ਘਰ ਚ ਕਿਵੇਂ ਰਹਿ ਸਕਦਾ? ਆਪਣੇ ਦਿਲ ਤੇ ਉਤਰ ਕੇ ਦੱਸੋ, ਤੁਸੀਂ ਰਹਿ ਲਓਗੇ? ਆਪਾਂ ਮੰਡੇ ਦੀ ਮੀਟਿੰਗ ਰੱਖ ਲੈਂਦੇ ਆ, ਠੀਕ ਹੈ ਨਾ? ਔਰ ਰੁਕ ਜਾ, ਰੁਕ ਜਾਂਗੀ ਤਾਂ ਠੰਡੀ ਹੋ ਜਾਏਗੀ। ਕੋਈ ਨੀ, ਕੋਈ ਨੀ, ਕਿਉਂ ਨੀ, ਦੁਬਾਰਾ ਤਾਂ ਮੈਨੂੰ ਕਰਨੀ ਪੈਣੀ ਪਏਗੀ। ਫਿਰ ਕਰ ਲਈ, ਲੋ ਜੀ ਕਰ ਲਈ, ਫਿਰ ਕਹੂਗੀ ਜਾ ਕਾਲੀ ਹੋ ਗਈ, ਜਾ ਬਈ ਹੋ ਗਈ, ਤੈਨੂੰ ਬਣਾਣੀ ਨੀ ਆਉਂਦੀ, ਤੇਰੀ ਮਾਂ ਨੇ ਸਿਖਾਇਆ ਕਿ ਕਿੱਥੇ ਮੇਰੇ ਖਾਨਦਾਨ ਤੱਕ ਜਾਓਗੇ। ਲੋਕ ਭਲਾਈ ਦੇ ਚੱਕਰਾਂ ਚ ਆਪਣੀ ਤੀਵੀ ਨੂੰ ਚੁੱਪ ਕਰ, ਚੁੱਪ ਕਰ। ਚਬਲ ਜਰਾਨੀ, ਜੇ ਇੱਕ ਲਫ਼ਜ਼ ਵੀ ਹੋਰ ਬੋਲੀ ਤਾਂ ਡਿਵੋਰਸ ਦੇ ਦਾਂਗਾ, ਤੈਨੂੰ ਕੋਰਟ ਵੀ ਨਹੀਂ ਜਾਣਾ ਪਏਗਾ, ਆਪੇ ਸਾਈਨ ਕਰਕੇ ਪਾਸ ਕਰ ਦਾਂਗਾ, ਫਿਰ ਸੜਕ ਤੇ ਖੜੀ ਹੋ ਕੇ ਵੇਚਦੀ ਫਿਰੀ ਚਾਹ, ਚਾਹ ਲੈ ਲੋ ਜੀ ਚਾਹ। ਦੱਸੋ ਸਰ, ਸਹੀ ਕਹਿ ਰਹੇ ਕਿ ਮੈਂ ਨਹੀਂ? ਥੋੜੀ ਤਾਂ ਸੋਚ ਕੇ ਹਾਲਤ ਹੋ ਗਈ, ਮੈਂ ਰੋਜ਼ ਸਹਿਣਾ ਇਹਨੂੰ।
ਘੰਟੀ ਵੱਜ ਗਈ ਘੰਟੀ जे बोली मैं चार गुना फीस बढ़ा देनी है हुण देखी गूंगी हो जू भोरा नहीं बोलदी इला खाने का भी अपना ही स्वाद है कि नहीं भाई साहब आ की मरूद है दिसदा नहीं केला काका जेड़ी चीज बेची दी हुंदी ओदा ध्यान रखी दंदा मैं की बेच रहा मैनू एवें गल्लां विच लाल जाओ पैसे कड्डो जे एवें ही ठग मेरी रेहड़ी तो चकदे रहे एक एक केला मैं तो हो जू मिंटो मिंटी मूंह संभाल के गल करो मूंह संभाल के ही गल कर रहे हैं अज जिवें तुसीं मेरी रेहड़ी तो केला चक के तुर गए सी तां मैं तुहानूं चोर चोर भी कह सकदा सी चोर आओ ए चोर फड़ लो कह के दिखा चोर जे ना तेरा इत्थे बणाया मिंट ची मैं मोर है घड़ीस घड़ीस कुटू कचहरिया च तेनू पता नहीं असीं कौन होने वकील हां असीं वकील तां ही लोकां दी खून पसीने दी कमाई खाना खिंच गए हो बकवास ना कर नहीं करदा पैसे कड्डो जे मैं चाहा ना आ तेरी सारी रेहड़ी नहीं खरीद सकदा एक केला तां खरीदे नहीं जांदा रेहड़ी की खरीद लोगे तू ये दस किन्ने दी है पूरे 2000 डिलीवरी फ्री घरे किसी ने बर्त बुर्त रखे आला फड़ो 2000 ते पूरे एक मिनट आ फड़ ते आ फड़ मेरा कार्ड घरे पहुंचा दी ठीक है मन्ने ना हुण तेरी भाभी का फोन है हेलो हां जी है सब्जी लेके आवां मैं तो केले दी ट्रक खरीद लिया यार ओ यार केले ही खरीदे कोई जहर तो नहीं खरीदी यार यार सब्जी बना चाहे शेक बना चाहे गुआंढियों नूं बंड यार मैनू नहीं पता बस तू अपने केले सांभ ओके यार की है जनानियां दा इना बोलदिया ने ना इना बोलदिया ने पता नहीं कदों बोलना बंद कर कल तो कल गुंजन ने कोर्ट दे विच गूंगी हो जाना 100% बोलती बंद चुप हो जा हर मर्दी एक ही मंग है कि मैं चुप हो जावा हे कदे हो सकदा कि औरत जा चुप कर जावे दुनिया ते हर पुट्टी तो पुट्टी चीज संभव है पर ये कदे भी नहीं असी सच बोल दिया सच्चाई कौड़ी हुंदी है ते तेनू ता मिठा खान दी आदत है बस सच ओ भी औरत दे मुंह चो हो जा तू दुनिया दी हर सच्चाई दे पीछे एक औरत दा हाथ है हो तेरी गलत फहमी है दुनिया दी हर लड़ाई दे पीछे औरत दा हाथ था इतिहास गवा मैडम इतिहास इतिहास च किन्ने नंबर मिले सी काके 100 चो 100 आए सी हां लो जी गल कर लो फिर तो पक्का पेपर किसी होर तो करवाया होना चिट यार जेही स्कीम ना तेरे ते लाई होती शायद पास हो जाता ए आंगनवाड़ी नहीं कोर्ट है कोर्ट इत दलिया नहीं डंडे मिलते ने मैनू भी पता कोर्ट आ तेरी रसोई नहीं है जिते हर सब्जी सड़ जा करूगी हाँ सड़न मेरे दुश्मन क्यों दुश्मन कहते सड़न तू सड़े एक कुत्ते की पूछ पता है ना टेढ़ी दी टेढ़ी ही रहती है जे टेढ़े ना ताही ता मर्द बचे हुए नहीं नहीं तेरे वर्गी खाना जा बकवास ना कर तू ना कर बकवास चुप कर मैं कहनी हां तू कर चुप ओए चुप कर जा तू जा काम कर अपना पागल कितों दा तू पागल तू है पागल थोड़ी ना ओए चुप कर ओ तू मेरा खड़ा छक खेड़ा ना तेरे को छुड़वाना ना के बनाती मेरी जिंदगी चुप करो बंदर भी नहीं लड़ते थोड़ी तरह जिड़ा हराम कीता पिया इस आचार ने ए आचार कितों आया सर मैं दस दई प्लेट सर क्वार्टर प्लेट होगी सर फुल प्लेट कर लेने एदे विच दही रायता नाल मशरूम हरा प्याज फिश करी भिंडियां नाल कड़ी पकौड़ा विच राइस नाल ही तवा चपाती है सर सलाद एक थोड़ा साइड करके नाल अचार है सर ए, 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 ए,
स्वाद है सर। वाह क्या मिसाल दिती है दोवां ने, कमाल है थोड़ी सोच दी। जे मैं इसी तरह थानू दोवां नू सुनदा रहा ना ताए दौलत सिंह एक दिन फकीर सिंह बन जू। फकीर सिंह ये जज जज नहीं कण चक्कर है कण चक्कर। मेरा बस चले ना किसी दिन ओनू उथे आ अपने दुबई आले बुर्ज खलीफा दे कढ़ा के पिछो धक्का दे दिया मैं। कोई ना आजूगा लाइन ते भी दो दिन च, बस थोड़ा जा पागल है। एक मिनट यार एक मिनट। ਉੱਪਰ ਦੀ ਕੱਢ ਲੈ ਉੱਪਰ ਦੀ ਮੇਰੇ ਅੰਦਰ ਕਰਵਾ ਦੇਣਾ ਜਾਣਦਾ ਨੀ ਮੈਂ ਕੌਣ ਆ। ਈਸ਼ਵਰ ਐਡਵੋਕੇਟ। ਹਾਂ ਯਾਰ ਉਹ ਕਿਉਂ ਗੁੱਸੇ ਹੁੰਦਾ, ਮੈਂ ਵੀ ਤਾਂ ਤੇਰੇ ਵਾਂਗੂ ਟ੍ਰੈਫਿਕ ਦੇ ਵਿੱਚ ਹੀ ਫਸਿਆ ਹੋਇਆ। ਠੰਡ ਰੱਖ ਠੰਡ ਮੇਰੇ ਵਾਂਗੂ। ਮੈਨੂੰ ਲੱਗਦਾ ਨਾ ਇਹ ਜਿਹੜਾ ਜੱਜ ਹੈ ਇਹਨੇ ਆ ਦੋ ਚਾਰ ਸੁਣਵਾਈਆਂ ਦੇ ਵਿੱਚ ਹੀ ਕੇਸ ਭੁਗਤਾ ਦੇਣਾ, ਫੈਸਲਾ ਕਰ ਦੇਣਾ। 50-50 ਬਣ ਦੂ ਦੋਨਾਂ ਦੀ ਜਾਇਦਾਦ, ਜਾਂ ਫਿਰ ਉਹਨਾਂ ਨੂੰ ਕਹਿ ਦੂਗਾ ਮੁੜ ਕੇ ਇਕੱਠੇ ਹੋ ਜਾਓ। ਆਪਾਂ ਤਾਂ ਗਏ ਕਾਹਦਾ ਐਂਟਰਟੇਨਮੈਂਟ, ਐਂਟਰਟੇਨਮੈਂਟ ਆਇਆ ਨੀ ਹੁੰਦਾ। ਓ ਯਾਰ ਐ ਤਾਂ ਆਪਣੇ ਕੁਝ ਹੱਥ ਨਹੀਂ ਪੈਣਾ, ਮਾਮਲਾ ਖਤਮ ਹੋ ਜੂਗਾ। ਇਹ ਮਾਮਲੇ ਨੂੰ ਇਹ ਕੇਸ ਨੂੰ ਅੱਗੇ ਵਧਾਉਣਾ ਪੈਣਾ, ਆਪਣੇ ਸ਼ੈਤਾਨੀ ਦਿਮਾਗ ਦੀ ਵਰਤੋਂ ਕਰਨਾ ਭਗਵਾਨ। ਲੈ ਫਿਰ ਹੋ ਗਿਆ, ਅੱਜ ਰਣਵੀਰ ਦੇ ਨਾਲ ਉਹਦੀ ਸੈਕਟਰੀ ਆਈ ਸੀ, ਉਹਨੂੰ ਵੀ ਆਪਾਂ ਵਿੱਚ ਕਿਹੜੀ ਸੀ ਲੈਂਦੇ, ਨਾਲੇ ਉਹਨੂੰ ਵੀ ਬੜਾ ਚਾਅ ਸੀ ਕੋਰਟ ਦੇਖਣ ਦਾ। ਰਾਈਟ ਰਾਈਟ, ਪਰ ਗੁੰਜਨ ਦਾ ਕੀ ਕਰੀਏ ਯਾਰ। ਲੈ ਸ਼ੈਂਟੀ ਦੀ ਘੰਟੀ ਵਜਾ ਦਿੰਨੇ ਆ। ਓ ਇੰਟੀਰੀਅਰ ਡਿਜ਼ਾਈਨਰ? ਹਾਂ ਉਹੀ ਕਾਲਜ ਵਾਲਾ, ਇਹਦਾ ਪੁਰਾਣਾ ਬੇਲੀ ਦਿਖਾ ਦਿੰਨੇ ਆ ਉਹਨੂੰ। ਪਰ ਯਾਰ ਕੁਝ ਜ਼ਿਆਦਾ ਨਹੀਂ ਹੋ ਜਾਊਗਾ? ਓ ਇੰਜੋਏ ਕਰਨ ਦੇ ਨਾ ਭਾਬੀ ਜੀ ਦੇ ਨਾਲ। ਨਾਟੀ ਬੁਆਏ। ਵੈਸੇ ਭਗਵਾਨ ਤੂੰ ਸ਼ੈਤਾਨ ਬਹੁਤ ਆ ਓਏ। ਉਹ ਬਸ ਇਹੀ ਦੇਖਣਾ ਕਿਤੇ ਉਹ ਦੋਨੋਂ ਇਕੱਠੇ ਨਾ ਹੋ ਜਾਣ, ਕਿਤੇ ਉਦੋਂ ਹੀ ਪਤਾ ਲੱਗੇ ਜਦੋਂ ਦੋਨਾਂ ਦੀਆਂ ਦੁਆਰਾ ਫੇਰ ਪੀਂਘਾਂ ਪੈ ਗਈਆਂ ਪਿਆਰ ਦੀਆਂ। ਚੰਨ ਨੂੰ ਚੜਾਈ ਫਿਰਦੀ, ਉਧਾਰਿਆਂ ਨੂੰ ਸੂਟ ਉੱਤੇ ਲਾਈ ਫਿਰਦੀ, ਚੁੰਨੀ ਉੱਤੇ ਚੰਨ ਨੂੰ ਚੜਾਈ ਫਿਰਦੀ, ਉਧਾਰਿਆਂ ਨੂੰ ਸੂਟ ਉੱਤੇ ਲਾਈ ਫਿਰਦੀ। ਉਹਦੇ ਟਿੱਚਰ ਜਿਸਨੇ ਨਾਲ ਹੈਗੀ ਓਏ, ਪੰਡੜੀਆਂ ਕਿੱਲੀ ਹੈਂਡਦੀ, ਥੋੜੀ ਕੱਪੜੂ ਦੀ ਨੀਂਦ ਲੁੱਟ ਲੈ ਗਈ ਓਏ, ਪਤਾ ਕਰੋ ਕਿਹੜੇ ਪਿੰਡ ਦੀ, ਕੁੜੀ ਗੱਭਰੂ ਦੀ ਨੀਂਦ ਲੁੱਟ ਲੈ ਗਈ ਓਏ, ਪਤਾ ਕਰੋ ਕਿਹੜੇ ਪਿੰਡ ਦੀ, ਕੁੜੀ ਗੱਭਰੂ ਦੀ ਨੀਂਦ ਲੁੱਟ ਲੈ ਗਈ ਓਏ, ਪਤਾ ਕਰੋ ਕਿਹੜੇ ਪਿੰਡ ਦੀ। ਲੈ ਗਈ ਮੁੱਖ ਤਿਆਰੀ ਚੰਦ ਦੀ, ਕੁੜੀ ਗੱਭਰੂ ਦੀ ਨੀਂਦ ਲੁੱਟ ਲੈ ਗਈ ਓਏ, ਪਤਾ ਕਰੋ ਕਿਹੜੇ ਪਿੰਡ ਦੀ, ਕੁੜੀ ਗੱਭਰੂ ਦੀ ਨੀਂਦ ਲੁੱਟ ਲੈ ਗਈ ਓਏ, ਪਤਾ ਕਰੋ ਕਿਹੜੇ ਪਿੰਡ ਦੀ, ਕੁੜੀ ਗੱਭਰੂ ਦੀ ਨੀਂਦ ਲੁੱਟ ਲੈ ਗਈ ਓਏ, ਪਤਾ ਕਰੋ ਕਿਹੜੇ ਪਿੰਡ ਦੀ।
म्याऊ म्याऊ ठीक नहीं कीता। मैनू बदनाम करना चाहना है। अच्छा तू तो बहुत कसर छड़ी है। ठीक है फिर देखांगे कोर्ट च। हाँ जी देख लूंगा तेनू। हाँ जी शेंटी जी फिर कोई खट्टियां मिठियां यादां है? है तुसी की कह रहे हो? मैं कदे भी इस नजर नाल उसनू नहीं देखिया। क्यों एनका उतार के देखदा सी? साइलेंस। हाँ बोलो। नहीं नहीं ओ ता मेरी भैणा वर्गी है। भैण जा भैणा वर्गी देख ले फैसला कर ले। तू गीता ते हाथ रख के सौं खादी है। जे झूठ बोलिया ना तो पाप लगू। सच सच दसते तेनू गुंजन ने की बोलन लिखे है? की सिखा के भेजे गुंजन ने? गुंजन ने बोलिया सी तू भैन बोलना। मूं बोली भैन बोलना। ऑर्डर ऑर्डर। हां जी शेंटी जी फिर होर की सिखाया गुंजन ने? गुंजन ने क्या कोर्ट विच खबर आई ना सारे लल्लू ही आ। शेंटी जी गुंजन बारे सोचो की बढ़ू ओदा जदों दा डिवोर्स हो गया पति भी गया घर भी गया ओदे तां बेचारी दे पल्ले कख भी नहीं रहना तां सड़क ते आ जूगी बस रह जूगी बेचारी ट्रक वाले नूं हथ देण जोगी। रणबीर गुंजन नूं डाइवोर्स दे दू ओनू रोड ते छड़ दो ते मैं चुप करके बैठा रहूं। मैं गुंजन नूं अपने सीने नाल लाऊं। गुंजन लई मैं एक लवीशकार बनाऊं ते जदों इस लंगूर नाल तलाक हो गया फिर मैं गुंजन नाल ब्याह कराऊं। जसप्रीत की तुसी अपना लंच कदी रणवीर दे नाल शेयर कीता? यस सर। गुड गुड गुड। ते रणवीर ने अपना टिफिन कदे तुहानू खवाया होवे शेयर कीता होवे खा लो जसप्रीत। ऑफ कोर्स इन्हां दा स्पाइस प्रॉन अते कबाब सुपर्ब हुंदा है। मैं तो उंगली चटदी रह जानी हां। इन्हां दी वाइफ सुपर्ब वधिया खाना बनाउंदे ने। जसप्रीत की तुहाडा ते रणवीर दा आपस दे विच कोई किवें किड्डा है? नहीं ओ ते मेरे फ्रेंड ने। रणबीर जी तो बहुत ही शरीफ और चंगे इंसान ने। फ्रेंड शरीफ इंसान। जसप्रीत जे शरीफ इंसान केस हार गया ता इनू घरों कढ़ दिता जाऊगा ए थां थां भटकदा फिरूगा। जे सब हो गया तब तुसी की सोचोगे की करोगे? पहला तो मैं सोच भी नहीं सकती। मैं दिलो ही चाहनी हूं कि ए दोनों एक हो जान पर जे ए अलग हो गए तो इन्हां नाल ब्याह कर लांगी। पर सर डिवोर्स तो बाद फिर उस तो बाद मैं इन्हां नूं नहीं छड़ना। ऑर्डर 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 चुप करो।
क्यों घूर रहा है मैनू? सर कुछ बोला? हां बोल, बोलन वास्ते ही आया इथे। होर तू वकील किस गल दा है? इथे व्याह जड़ा लंगर छकन आया है, तू पैसे ले लेके जेबा भरी जा रहा है, कुछ बोलेगा भी? बोल। सर अगली तरीक ते मिलते हैं जी। अच्छा, हुण इस केस नू लंबा खिंचण दी चाल भी तू ही चलेगा, ते मेरी पिठ पिछे भी तू ही कहेगा कि तारीख ते तारीख, तारीख ते तारीख, तारीख ते तारीख। ए इल्जाम आज तू मेरे ते ला रहा है, कल नू तेरा मुंडा लाएगा ते मैनू पूछेगा पर इंसाफ नहीं मिला मैलान, बंद करो तमाशा। अगली तारीख महीने बाद दी नहीं, कल दी होगी, कल दी। सच कहा था, मैनू थोड़ी दोवां दी शक्लां बहुत वधिया लगदियां है, रोज देखिया करांगा। ਇੰਗੜ ਵਿੰਗੜ ਤਾਲੀ ਤਰਿੰਗੜ ਤਾਰਾ ਮੇਰਾ ਡੱਕਰਾ ਕੁੜਵਾਵਾ ਵੇਲ ਵਧਾਵਾ ਮੂਲੀ ਪੱਤਰਾ ਪੱਤਰਾ ਵਾਲੇ ਘੋੜੇ ਆਏ ਹੱਥ ਕਤਾਲੀ ਪੈਰ ਕਤਾਲੀ ਨਿਕਲ ਜੇ ਜਾ ਸਾਡੀ ਵਾਰੀ। की सोच रहे सी? मैं जानता थोड़ी अनीता नूं, थोड़े वर्गे कईयां दे उत्तों टप के इस सीट ते पहुंचे रहे। मैं प्यो प्यो ही हुंदा है, कल मिलदे हैं। गवांडियां दे व्याह जाना पण। मैं ड्रामा नहीं कर सकती। जे घर मिल गया ना रहना तो तेनू इना गवांडियां नाल ही पैना। तेरे नाल मैं नहीं जाना। और तेनू किने कहा मैं तेरे नाल जा रहा? हो मेरा भी कोई स्टैंडर्ड आ, अचार विच रहने नाल मैं नहीं जाता। तू ना मुर्गी है, मुर्गी सीड खान वाली। मैं तेरे तो 10 कदम आगे हाँ, बाजी मार लांगी, तू देखता रह जाएगा। मैं देख के भी खड़ा हो जाऊंगा। मैं पीवा पीवा गल्ला कर दिया। तू दल बदलू है? ले देख दल बदलू। जंगली बिल्ली आदू बिल्ली।
चीजा बंदा रोज खाऊगा तो शरीर तो अपने आप रड़ना है और केड़ा है कोले वाले परौंठे खा के कला होया अच्छा अच्छा चुप करो चुप करो चुप करो अच्छा तुसी ये करो अज तो ना सब्जियां खाया करो जिवे मूली गाजर गोभी मटर शलगम चुकंदर ताजियां सब्जियां खाओगे ना तो थोड़ा रंग दोबारा निखर जाएगा हाँ समझ गए ठीक है जाओ हूं आराम करो शाबाश एक्सक्यूज मी सर एक्सक्यूज मी इंसाफ नहीं है जे तुसी इहनू छुट्टी देनी है इहदे क्लाइंट नू छुट्टी देनी है तो मेरी क्लाइंट नू छुट्टी दित्ती जावे कानून सब वास्ते बराबर है थोड़े भी छुट्टी कमाल है आजकल दी जनरेशन बड़ी फास्ट है चलो हुण मैं तुहानू दोहां वकीलां नू सज्जे खब्बे लैंदा है बहुत फाइलां बणांदे हो ना तुसी मैं हुण चेक करदा थोड़ियां फाइलां है ये की लिखे है किरणबीर कदे कदे रेप करदा है देखो सर बंदे दे शौक देखो तुसी
आ लोग शौक रखते हैं, कोई लिखता है, कोई पेंटिंग करता है, कोई पहाड़ा दे घूमन जाता है, ते जनाब हाय कदे कदे रेप करते हैं। हाय रब्बा मेनू धरती वेल नहीं दे रही सर। जस साहब इस गल का मैथ भी ओला रखे उन्हें कितने लिखे जस साहब किस पन्ने ते लिखे? तू आपे देख फाइल तू ही बनाई है। ओहो जस साहब क्यों तुसी मेरे भोले पंछी ते इल्जाम ला रहे हो? रेप नहीं है रैप करता कदे कदे रैप RAP ई कर दो जस साहब। ये रैप की हुंदा है? की गल कर दो जस साहब अजकल बच्चा बच्चा करता रैप। तेरे बच्चे करते होंगे, मैं तो कदे नहीं किसी बच्चे नु करते देखा। दौलत सिंह तूने कभी बच्चों को घर की छत से कबूतर पर करते देखा है? कुछ छत ऐसे भी होती है जिसके दीवार ना होकर भी बच्चे आसानी से कबूतर पकड़ लेते हैं। ये और बात है बाबा की केस को छेड़कर जो तूने बंगा लिया है बेटे का ऐसा धक्का लगेगा कि तू मटर ना ही भूल जाएगा। ओए की कह रहे है तू? तेन पता भी है तू किसी ना गल कर रहे है? थले उतर के थप्पड़ मारेगा दो चार तेरे। चलना मत वरना केस इधर ही टकाटक कर दूंगा, ना तारीख ना सुनवाई, सीधे हिसाब वो भी फटाफट। और जब ये डायग्राम कागज किसी ऊपर पड़ता है ना तो आदमी उठता नहीं उठ जाता है। हाँ जी जस साहब लो जी फिर पेश कर लगे रैप। यो यो ABCD मैं तेरा डैडी, तेरे नाल पंगा ले करूंगा मैं पैड़ी, लेके आऊं गड्डी छोटी नहीं वड्डी, वड्डा होके लब लूं सोनी जही नट्टी, सोनी जही नट्टी, सोनी जही नट्टी, कबड्डी कबड्डी कबड्डी। यो यो अब ओफो सर इनू कहंदे रे ये तो रेप तो भी पैड़ा है। तोनु तो लगने सी सर ए नौजवानां दी गल्ल है। ओ गल सुनो मैनू जो मर्जी कह ली पर मैनू ए फील ना करवाई कि मैं जवान नहीं। दौलत सिंह हमेशा यंग लाइफ जिंदा है। ए रैप मैं भी कर सकदा है। सर जी जे बुरा ना मनो तो मैं कहना चाहूंगा कि तुहाडी उम्र इस वक्त नाम जपण दी है, अपना अग्गा सवारण दी है। ਤੁਸੀਂ ਕਿਹੜੀਆਂ ਗੱਲਾਂ ਦੇ ਵਿੱਚ ਪੈ ਗਏ? ਰੈਪ ਤੁਹਾਡੇ ਵਾਸ ਦੀ ਗੱਲ ਨਹੀਂ ਹੈ। ਆਰਡਰ 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 ਕਹਿਣ ਜੋ ਗਈ ਹੋ, ਰੈਪ ਨਹੀਂ ਗਾਉਣਾ। ਲਿਖ ਕੇ ਨਵਾ ਲਿਖ ਕੇ ਨਹੀਂ ਹੋਣਾ, ਨਹੀਂ ਹੋਣਾ, ਨਹੀਂ ਹੋਣਾ ਜੀ ਸਾਹਿਬ। ਆਰਡਰ 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 जानी जानी सुन वे काका अज मैं पाऊं तेरा पटाका। जानी जानी सुन वे काका अज मैं पाऊं तेरा पटाका। मैं करता रोंदा फिरेगा इज्जत जद पऊगा डाका। जानी जानी सुन वे काका घूमेगा तू पाके डाइपर मारा गोली मैं स्नाइपर। दिमाग तेरे नू साफ करांगा मार मार के वड्डा वाइपर। ज्यादा ना तू बनवे चालू गड तू जलूस बना के पालू खड़के देखू सारा इलाका। जानी जानी सुनवे काका अज मैं पाऊ तेरा पटाका। जानी जानी सुनवे काका यो यो दौलत सिंह। हाँ कितना दर लग गया ऐस जज दी कुर्सी ते मैं एवें नहीं पुज गया। मैं बड़े औखे औखे केसां दे फैसले कीते हैं ते करांगा भी, पर इस पति पत्नी दे अजीबो गरीब केस दा फैसला शायद सच्चे पातशाह वाहेगुरु ही करनगे। सतनाम श्री वाहेगुरु। Thank you.
सर भी की होया थक गई हाय क्यों बोली तेरी लड़ाई है उदेना मेरी थोड़ी मेरे तो चंगा दोस्त रहेगा हमेशा ओ किद्दा मतलब तेरी दोस्ती मेरे नाल है ते ओ तेरा दोस्त किवें होया गुंजन जब तुसी एक सी ता असी दोस्त सी गल तुहाडे पासे बदली है मेरे ता आजे सब एक ने मेरी इन्नी तकलीफ देखी भी तू ऐ कह रही है मैनू नहीं चाहिए तेरी जेही दोस्ती किन्या ना तू तोड़ेंगी दोस्ती तू मौके दा फायदा चक रही है ना फायदा नहीं अकल दे रही हूँ बस कर बहुत हो गया मजाक मजाक जी तू इत्थों तक पहुंच गई हादसा आंदा मैनू तेरे ते तू तो एवं ही एवं लुट गई मेरे जान तो बस सोची तेरे ना सज्जे खब्बे कौन रहा है और हां एक सलाह देनी है कल्ले बह के कदी सोची सेहत भी बहुत चंगा हुंदा है तेनू ए लगता पके सारा जितां गे लगी शर्त जे केस हार गए तो मैं सारे पैसे वापस करूं पर जे जित गए तो डबल लो गुंजन जी टाइम लगूगा थोड़ा जा मेनु चंगा नहीं लगता तुसी इत्थे खड़ के वेट करो तुसी ए करो तुसी कंटीन जाके बैठो मैं आपे आके बुला लूंगा है जी मैं चले कोर्ट बस हुण ही आया मैं तेनु कॉल करूंगा बस तू ऐसा जी तू कुआरा पौड़ियां भज के चढ़े ठीक है ओके बाय बाय मिलते हैं फिर सी यू
चकदी पैसे ले ले सी नो तू चल दोबारा फोन ला कहे तो कहे किधर पता नहीं कितने मर गए जा रही है हाँ लेट हो गई अच्छा अच्छा वो एक्सीडेंट का क्यों हुआ बेचारी ने बहुत बचाने की कोशिश की थी पर नहीं बची बड़े दुख की गल है खून बहुत निकल गया सी इतना बुरा एक्सीडेंट होया कि बचना ही मुश्किल सी ऐसा क्यों हुआ यार सट्टा काफी डूंगे ने पर हम कंट्रोल से सब कुछ चल फिर मैं चल दिया कल मिल जाओ ठीक है फिर बाय Thank you.
मेरी मुसीबत समझ नहीं आ रही, मैं कितनी देर भी खुश दी पड़ी हूं, मैंने जवाब क्यों नहीं दे रही, तुझे कितने देर हैं लोग जो मैंने दस नहीं रहे, मैं तो क्यों लुका रही हूं कुछ, प्लीज मैंने मैंने बहुत डर लग रहा, मैं की करा मैं की करा, प्लीज दस दो होया मेरे हस्बैंड, प्लीज मेरे दस दो होया मेरे हस्बैंड, इतनी जिद्दी पेशेंट मैं पहली बार देख रही हूँ, तेरी बकवास नहीं सुन रही मैं, तो बस ये दस मेरा हस्बैंड कितने हैं, जे तू ऐसा करेंगे ना तो तू मर जाएंगी, मैंने कोई फिक्र नहीं है, भावे मैं मर जाऊँ तू नहीं मानेगी, तू नहीं दसेगी कितने हैं रणबीर, कितने हैं रणबीर, हेलो हेलो, एक पेशेंट मन नहीं रही है, इसने हंगामा खड़ा कर देता है, इतने तुझे जल्दी आओ, yeah.